ਜੀ ਤੇ ਬਹੁਤ ਸਵਾਗਤ ਆ ਜੀ ਪਰਮਜੀਤ ਸੋਹੀਆ ਪਤਾ ਨੀ ਕਿਉਂ ਕਹਿੰਦਾ 32 ਸਾਲ ਉਹਨੂੰ ਨੀ ਪਤਾ ਬਾਈ ਕੀ ਗੱਲਬਾਤ ਹੈ ਉਮਰ ਕਹਿੰਦਾ 32 ਸਾਲ ਹੀ ਆ ਉਹਦੀ ਬਸ ਸ਼ੇਅਰ ਤੇ ਸਪੋਰਟ ਸਾਰੇ ਭਰਾ ਜ਼ਰੂਰ ਕਰੋ ਵੀਰੇ ਬਹੁਤ ਤਕੜਾ ਮੈਚ ਲੱਗਣਾ ਜੀ ਬਸ ਕੋਈ ਦਿੱਕਤ ਨਹੀਂ ਬਾਈ ਇਹ ਬਸ ਫੋਨ ਕੋ ਸਾਰ ਹੈ ਨਾ ਥੋੜ੍ਹੀ ਕਮੈਂਟਰੀ ਵਾਲੇ ਸੱਤੂ ਮੁੱਕ ਜਾਂਦੇ ਆਹ ਵੇਲੇ ਬਾਈ ਕਮੈਂਟਰੀ ਸਾਰੀ ਰਾਤ ਦੇ ਕਰਦੇ ਆਉਂਦੇ ਆ ਜਸਪ੍ਰੀਤ ਵੀਰੇ ਇਸ ਵੇਲੇ ਹੈਲੋ ਟੱਕਰ ਚੱਲਦੀ ਆ ਰਾਏਸਰ ਪਿੰਡ ਦੇ ਜੱਸੇ ਦੇ ਨਾਲ ਐਂਡ ਕਹਿੰਦੇ ਥਾਪੀਆਂ ਵੀ ਪੂਰੀਆਂ ਵੱਜਦੀਆਂ ਨੇ ਐਕਸ਼ਨ ਵੀ ਪੂਰੇ ਹੁੰਦੇ ਆ ਨਵੀ ਸ਼ਾਸਤਰੀ ਕਹਿੰਦੇ ਉਹ ਕਹਿੰਦੇ ਅਗਲੇ ਨੰਬਰ ਦੀ ਭਾਲ ਦੇ ਫਾਈਨਲ ਚ ਚਨੈਟੀ ਦੀ ਟੀਮ ਆ ਚਨੈਟੀ ਦੀ ਟੀਮ ਵੀਰੇ ਸ਼ੇਰੂ ਨਹੀਂ ਆਇਆ ਮੋਨੂ ਬਾਈ ਜੀ ਓਕੇ ਓਕੇ ਜੀ ਜਸਪ੍ਰੀਤ ਯੂ ਐਸ ਏ ਜੀ ਬਹੁਤ ਵਧੀਆ ਗੱਲ ਆ ਬਾਈ ਹਾਂਜੀ ਹਾਂਜੀ ਸੋਹਿਤ ਝੋਰੜ ਜੀ ਢਾਬਾ ਵਾਲਾ ਸ਼ੇਰੂ ਵੀ ਆ ਗਿਆ ਲਾਈਵ ਤੇ ਥੋੜਾ ਜੂਮ ਕਰਨ ਵਾਲਾ ਫੋਨ ਹੈ ਨਾ ਥੋੜਾ ਜੂਮ ਵਧਾ ਦਈਏ ਬਈ ਘੱਟ ਆ ਥੋੜਾ ਜੂਮ ਕਰ ਦਈਏ ਆਪਾਂ ਸ਼ੇਅਰ ਜ਼ਰੂਰ ਕਰੀ ਚਲੋ ਸਾਰੇ ਭਰਾ ਕੇ ਦੋ ਦੋ ਵੀਰੇ ਸੈਮੀਫਾਈਨਲ ਮੈਚ ਆ ਚੰਨੀਖੇੜਾ ਯੂ ਐਸ ਏ ਬਾਈ ਜੀ ਬਾਈ ਚੰਨੀਖੇੜਾ ਯੂ ਐਸ ਏ ਸਕੋਰ ਪੁੱਛ ਲਾ ਬਰਾਬਰ ਜੀ 1-2 ਇੱਕ ਇੱਥੇ ਜੀ ਆ ਟਿੱਕੀਆਂ ਦਾ ਮੈਚ ਆ 10 ਵੱਜਣਗੇ ਬਿਲਕੁਲ ਬਿਲਕੁਲ ਜੀ ਇੱਕ ਵਾਰੀ ਪਹਿਲਾਂ ਦੋਨਾਂ ਟੀਮਾਂ ਲਈ ਤਾਰੀ ਜ਼ੋਰਦਾਰ ਮਾਰ ਦੇ ਬੜੀ ਬੇਨਤੀ ਹੈ ਇੱਕ ਤੇ ਦੋ ਦੀ ਟੱਕਰ ਹੈ ਨੰਬਰ ਦੂਜਾ ਜੋੜਨ ਦੇ ਲਈ ਮੁੰਡੇ ਤਿਆਰ ਬਰ ਤਿਆਰ ਨੇ ਰਾਈਸਰ ਵਾਲੇ ਗੁੱਸੇ ਦੀ ਦੁਨੀਆ ਬਹੁਤ ਕਹਿੰਦੀ ਹੈ ਪਰ ਨਾਲ ਪਥਰੇੜੀ ਵਾਲਾ ਕਹਿੰਦੇ ਅੰਕਿਤ ਖੇਡ ਵਾਲੀ ਦਾ ਬੱਬਰ ਸ਼ੇਰ ਫੜਾਉਂਦਾ ਹੈ
ਔਰ ਨਾਲ ਇੰਦਰੀ ਵਾਲਾ ਪ੍ਰੇਮ ਦਾ ਟੌਪ ਦਾ ਮੁਕਾਬਲਾ ਖੇਡ ਦੇ ਮੈਦਾਨ 'ਚ ਖੇਡਿਆ ਜਾ ਰਿਹਾ ਹੈ। ਉਧਰ ਬਹੁਤ ਵੱਡਾ ਧੰਨਵਾਦ ਭਾਈ ਚੰਗੀ ਖੇਡਾ ਯੂਐਸਏ ਮੁਕਾਬਲਾ ਖੇਡ ਦੇ ਮੈਦਾਨ ਸ਼ੁਰੂ ਹੋ ਚੁੱਕਿਆ ਹੈ। ਇੱਧਰ ਲਵ ਕੁਛ ਅਗੇ ਸਰਵਿਸ ਕਰਨ ਲਈ ਜਿਹੜਾ ਤਿਆਰ ਬੈਠਾ ਹੈ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਤੇ ਹੁਣ ਪਤਾ ਲੱਗੂ ਪੈਕੀ ਦਾ ਤਕੜਾ ਸਰੀਰ ਇੱਧਰ ਸ਼ਾਸਤਰੀ ਕਹਿੰਦਾ ਜੰਟੀ ਲਾਉਣੇ ਬਾਲਾ ਉਹ ਚੁੱਕਣ ਦੀ ਦੇਣੇ ਹੋਣ ਮਿੱਤਰੋ ਤੇ ਸਾਹਮਣੇ ਪਿਆ ਕੱਪ ਜੀ ਨੂੰ ਚੁਣਾ ਲਾਗੇ ਦੌੜਿਆ ਪੱਟਾਂ ਦਾ ਪੂਰਾ ਜੋਰ ਮਿੱਤਰੋ ਉਹ ਸਾਹਮਣੇ ਪਿਆ ਕੱਪ ਜੀ ਨੂੰ ਚੁਣਾ ਕੋਈ ਲਾਗੇ ਦੌੜਿਆ ਪੱਟਾਂ ਦਾ ਬਿੰਦਰੀ ਚਾਂਗਲੀ ਵੈਲਕਮ ਵੈਲਕਮ ਜੀ ਬਿੰਦਰੀ ਚਾਂਗਲੀ ਜੀ ਧੁੱਪ ਚੋਣੀ ਆ ਮੁੜ ਕਾ ਜੇ ਤਾਂ ਓਕੇ ਓਕੇ ਜੀ ਸੋਹਿਤ ਠੀਕ ਆ ਠੀਕ ਆ ਜੀ ਸੋਹਿਤ ਝੋੜ ਜੀ ਪੰਜ ਸੌ ਦਾ ਹੋਵੇਗਾ ਜੇ ਬਈ ਦੇਵਾ ਇੰਦਰੀ ਵਾਲਾ ਜੇ ਬਈ ਕਲਾਕਾਰ ਦਾ ਨੰਬਰ ਹੋਗੀ ਇਲੈਕਟ੍ਰੋਨਿਕ ਧਰਾਚੋਂ ਵੈਲਕਮ ਵੈਲਕਮ ਜੀ ਸਨਮਾਨ ਦੀਆਂ ਹੋਣਗੀਆਂ ਔਰ ਉਧਰਲੇ ਪਾਸੇ ਆਹ ਮੁੰਡਾ ਕਹਿੰਦੇ ਬਾਲੀਬਾਲ ਦੀ ਤੋਪ ਕਹਿੰਦੀ ਆ ਦੁਨੀਆ ਰਾਏ ਸਰਕਟ ਦਾ ਜੱਸਾ ਦੁਨੀਆ ਦਾ ਕਹਿੰਦੇ ਮਹਾਨ ਖਿਡਾਰੀ ਆ ਬਾਲ ਨਾ ਖਾਵੇ ਬਾਲ ਨਾ ਖਾਵੇ ਕੋਈ ਵੀ ਬਾਲ ਨਾ ਖਾਵੇ ਤੇ ਰੁਪਈਆ 500 ਦਿੱਤਾ ਜਾਣਾ ਸ਼ੇਅਰ ਜ਼ਰੂਰ ਕਰੀਆ ਸਾਰੇ ਵੀਰ ਵੀਰੇ ਟੌਪ ਦਾ ਮੈਚ ਹੈ ਹਾਲੇ ਤੇ ਬਹੁਤ ਸਮਾਂ ਲੱਗ ਜਾਣਾ ਇਹ ਜਾਣਨ ਦੇ ਲਈ ਵੀ ਕਿਹੜੀ ਟੀਮਾਂ ਚੱਲ ਰਹੀ ਹੈ ਮੈਚ ਦੇ ਵਿੱਚ ਦੁੱਖ ਰਹੇਗੀ ਓ ਬੱਲੇ ਬੱਲੇ ਚਨੈਟੀ ਫਾਈਨਲ ਜਾ ਰਹੇ ਜਦੋਂ ਨੂੰ ਕਲਾਕਾਰ ਖੇਡੀ ਹੋ ਬੰਦਾ ਪਰ ਬਈਆ ਰਾਜਕ ਚਗਾਨੀ ਦਵਾਈ ਜੀ ਰਾਮ ਰਾਮ ਬਾਈ ਜੀ ਤੇ ਤੈਨੂੰ ਫੇਰ ਬਣਾਏ ਔਰ ਤੈਨੂੰ ਵੀ ਓਏ ਮਾਜਰਾ ਮਾਜਰਾ ਪਟਾਕਾ ਪਾ ਗਿਆ ਨਵੀਂ ਮਾਜਰੇ ਵਾਲਾ ਕਹਿੰਦੇ ਰਿਹਾਨ ਗੁੱਜਰ ਓਕੇ ਓਕੇ ਜੀ ਕਮਾਲ ਕਰ ਗਿਆ ਇੱਕ ਵਾਰੀ ਹੱਲਾ ਗੁੱਲਾ ਜਾ ਪਾਇਆ ਲੋਕੋ ਜਿਸ ਵਾਰ ਪੁਆਇੰਟ ਕਰਦੇ ਆ ਵੀਰੇ ਵੇਟ ਕਰੋ ਜੀ ਪਤਾ ਖੇਡ ਤੋਂ ਸੇਮੀ ਹੈ ਪਰ ਫਾਈਨਲ ਤੋਂ ਵੀ ਤਕੜੀ ਜੰਗ ਖੇਡੀ ਜਾ ਰਹੀ ਹੈ ਸਕੋਰ ਦੇ ਮੈਦਾਨ ਦੇ ਵਿੱਚ ਸਕੋਰ ਬਾਈ ਜਿਹੜੀ ਆਊਟ ਹੋ ਗਈ ਹੈ ਨਵੀਂ ਤੋਪ ਸਰਵਿਸ ਕਰਨ ਦੇ ਲਈ ਤਿਆਰ ਬਰ ਤਿਆਰ ਹੈ 1-3 1-3 ਪੁਆਇੰਟ ਆ ਜੀ 1 ਇੰਦਰੀ 3 ਨਵੀਂ ਲੋਕਾਂ ਨੂੰ ਮੇਰੇ ਹਿਸਾਬ ਨਾਲ ਨੀਂਦ ਆ ਗਈ ਤਲਵੱਡੀ ਵਾਲਿਆ ਨਵੀਂ ਜਿਹੜੇ ਮਰਜ਼ੀ ਖਿਡਾਰੀ ਵੱਲੇ ਨਿਗਾ ਮਾਰ ਲਿਓ ਤੇ ਵਾਲੀਬਾਲ ਦਾ ਟੁੱਟਦਾ ਬਾਲ ਲਿਆ ਕਿਸੇ ਨਾ ਕਿਸੇ ਮੇਲੇ ਤੋਂ ਜਿੱਤਿਆ ਜ਼ਰੂਰ ਆ ਇਧਰਲੇ ਪਾਸੇ ਤਾਂ ਤੱਕ ਹੋਈ ਪਈ ਆ ਦੀ ਗੱਲ ਤਾਂ ਕਹਿ ਚੁੱਕ ਜਾਣੀ ਔਰ ਜਿੰਨੇ ਵੀ ਪਾਸ 1-3 ਆ ਵੀਰੇ 1-3 ਜੀ 1 ਇੰਦਰੀ ਜੱਸੇ ਰੈਸਰ ਦੇ ਅੰਕਿਤ ਪਦਰੇੜੀ ਦਾ 1 ਸਕੋਰ ਆ ਜੀ 3 ਯੂਪੀ ਸ਼ਾਸਤਰੀ ਜੌਂਟੀ ਮਾਜਰੇ ਆਰ ਕਹਿੰਦੇ 3 ਆ ਜੀ 1-3 2-3 ਪੁਆਇੰਟ ਹੋ ਗਏ ਜੀ 2-3 ਇੰਦਰੀ ਵਾਲਾ ਪ੍ਰੇਮ ਨੰਬਰ
ਜੁੜ ਗਿਆ ਦੋ ਤਿੰਨ ਸਕੋਰ ਵੀ ਪ੍ਰਸਿੱਧ ਹੈ ਔਰ ਦੁਨੀਆ ਦਾ ਕਹਿੰਦੇ ਮਹਾਨ ਖਿਡਾਰੀ ਹੈ ਐਂਡ ਕਹਿੰਦੇ ਗੱਲਾਂ ਚੱਲਦੀਆਂ ਨੇ ਕਹਿੰਦੇ ਵੱਡਿਆਂ ਮੇਲਿਆਂ ਦੇ ਐਂਡ ਕਹਿੰਦੇ ਦਾਨਵੀਰ ਵੀ ਕਹਿੰਦੇ ਇਸ ਟੀਮ ਦਾ ਐਂਡ ਕਹਿੰਦੇ ਅਹਿਮ ਹਿੱਸਾ ਔਰ ਕਹਿੰਦੇ ਉਹ ਵੀ ਵੀਰ ਸਾਡਾ ਬਹੁਤ ਟੌਪ ਦੀ ਖੇਡ ਦਿਖਾਉਂਦਾ ਔਰ ਜਦੋਂ ਬੜੌਦੀ ਪਿੰਡ ਦੇ ਵਿੱਚ ਆਏ ਨੇ ਮੁੰਡੇ ਐਂਡ ਕਹਿੰਦੇ ਵੱਡੀ ਚੈਂਪੀਅਨਸ਼ਿਪ ਦੇ ਵਿੱਚ ਉੱਥੋਂ ਵੀ ਫਾਈਨਲ ਖੇਡ ਕੇ ਗਏ ਨੇ ਟੱਕਰ ਯੂਪੀ ਸ਼ਾਸਤਰੀ ਦੇ ਨਾਲ ਸ਼ੇਰੂ ਨਹੀਂ ਆਇਆ ਵੀਰੇ ਸ਼ੇਰੂ ਲਾਈ ਜੁੜਿਆ ਸੰਦੀਪ ਵੀਰੇ ਪਿਛਲੇ ਹਫ਼ਤੇ ਵੀ 3-2 ਤੇਜ਼ ਆ ਜੀ ਜ਼ਿਲ੍ਹਾ ਕਰਨਾਲ ਦੇ ਵਿੱਚ ਵੀ ਟੱਕਰ ਸ਼ਾਸਤਰੀ ਦੇ ਨਾਲ ਹੋਈ ਹੈ ਔਰ ਪਥਰੇੜੀ ਵਾਲੇ ਨੇ ਤੇ ਜੱਸੇ ਰਾਏਸਰ ਵਾਲੇ ਨੇ ਕਹਿਰ ਬਰਪਾਇਆ ਔਰ ਬਹੁਤ ਟੌਪ ਦਾ ਟੂਰਨਾਮੈਂਟ ਉਹ ਵੀ ਜਿੱਤਿਆ ਤੇ ਅੱਜ ਵੀ ਰਾਦੇ ਕੱਪ ਚੱਕਣ ਰਹੇ ਨੇ ਫਾਈਨਲ ਤੇ ਬੁਲਾਵਾਂਗੇ ਸਕੀਮ ਜਦੋਂ ਫਾਈਨਲ ਜਿੱਤਣ ਦਿਆ ਨਾ ਰਿਹਾਨ ਵੀਰੇ ਇਹ ਅਜੇ ਸੈਮੀਫਾਈਨਲ ਮੈਚ ਹੈ ਵੀਰੇ ਜਿਹੜੀ ਫਾਈਨਲ ਵਾਲੀ ਸਕੀਮ ਆ ਉਹ ਆਪਾਂ ਫਾਈਨਲ ਤੇ ਬੁਲਾਵਾਂਗੇ ਸੈਮੀ ਵਾਲੀਆਂ ਸਕੀਮਾਂ ਬੋਲੀਆਂ ਜਾਣਗੀਆਂ ਇਕੱਲੀਆਂ ਬਈ ਅਭਿਸ਼ੇਕ ਬਲੋਟ ਵਾਲਾ ਤਕੜਾ ਬਲੋਕ ਕਰ ਗਿਆ ਸਿੰਧਲੈਂਡ ਦਾ ਪਤੀ ਅਭਿਸ਼ੇਕ ਨੇ ਜੰਪੀ ਦੀ ਦੁਨੀਆ ਪਿਆਰ ਕਰਦੀ ਹੈ ਹਰ ਬਾਈ ਪੁਆਇੰਟ ਮੇਰੇ ਹਿਸਾਬ ਨਾਲ ਵੀਰੇ ਦੋ ਤਿੰਨ ਚੇਂਜ ਆ ਜੀ ਸ਼ਾਟ ਲਾ ਦੇ ਨੌਜਵਾਨਾਂ ਪੱਟੀ ਪੁੱਟੀ ਦੋ ਇੰਦਰੀ ਤਿੰਨ ਯੂਪੀ ਫੇਰ ਲੋਕਾਂ ਨੇ ਫੇਰ ਮੰਨਣਾ ਬਈ ਮਾਜਰੇ ਪਿੰਡ ਦਾ ਔਰ ਛੋਟੂ ਕਹਿੰਦੇ ਕਦੇ ਪੰਜਾਬ ਦੇ ਵਿੱਚ ਤਾਂ ਕਰਕੇ ਚਰਚੇ ਕਰਾਉਂਦਾ ਹੈ ਔਰ ਉਧਰੋਂ ਸ਼ੇਰੂ ਢਾਬਾ ਵਾਲਾ ਕਹਿੰਦਾ ਬਈ 500 ਦੇਣਾ ਹੈ ਜੇ ਆਸ਼ੂ ਕੋਈ ਗਲਤੀ ਨਾ ਕਰੇ ਬਲੌਕ ਨੰਬਰ 3 ਬਰਾਬਰ ਫਾਟਕ ਬੰਦ ਕਰਤਾ ਅਭਿਸ਼ੇਕ ਬਲੌਟ ਨੇ ਵਿੱਚ ਚੀਨ ਵਾਲੀ ਕੰਧ ਬਣ ਕੇ ਆ ਦੁਨੀਆ ਅਭਿਸ਼ੇਕ ਕਹਿੰਦੀ ਆ ਬਲੌਟ ਪਿੰਡ ਵਾਲਾ ਤਿੰਨ ਬਰਾਬਰ ਆ ਬਾਈ ਹੈਲੋ ਤਿੰਨ ਬਰਾਬਰ ਉਧਰੋਂ ਮਾਜਰੇ ਵਾਲੇ ਆ ਸ਼ਿਕਾਰੀ ਗੁੱਜਰ ਤੇਰੀ ਖੇਡ ਨੂੰ ਬਾਲਾ ਪਿਆਰ ਕਰਦਾ ਔਰ ਵੀਰ ਸਾਡਾ ਬਾਲੀ ਦੂਰੋਂ ਚੱਲ ਕੇ ਦੇਖਣ ਆਇਆ ਤੇਰੀ ਖੇਡ ਨੂੰ ਦੌਲਤ ਪਰੀ ਸ਼ਿਕਾਰੀ ਗੁੱਜਰ ਔਰ ਕਹਿੰਦਾ ਲੈ ਵੀ ਕਦੀ ਫੱਟੀ ਫੁੱਟੀ ਤੌੜ ਨੌਜਵਾਨਾ ਗੱਲ ਫੇਰ ਹੋਵੇਗੀ ਆ ਹਰ ਦੁਨੀਆ ਜੁੜੀ ਬੈਠੀ ਹੈ ਸ਼ੇਰੇ ਫੈਡਰੇਸ਼ਨ ਪੰਜਾਬ ਕੱਚੀ ਵਾਲੀਬਾਲ ਲਾਈਵ ਦੇ ਨਾਲ ਸਾਰੇ ਭਰਾ ਸ਼ੇਅਰ ਜ਼ਰੂਰ ਕਰੀਓ ਵੀਰੇ ਇੱਕ ਦੋ ਦੋ ਸ਼ੇਅਰ ਜੀ ਕੱਠ ਐਂਡ ਕਹਿੰਦੇ ਗਰਾਊਂਡ ਦੇ ਵਿੱਚ ਵੀ ਪੂਰਾ ਹੈ ਹਰ ਕੱਠ ਤਾਂ ਲੈ ਵੀ ਸੰਧਾਲੀ ਵਾਲਿਆਂ ਨੇ ਜਦੋਂ ਦਾ ਮੇਲਾ ਸਟਾਰਟ ਕਰਾਇਆ ਉਦੋਂ ਤੋਂ ਕੱਠ ਦਾ ਘਟਿਆ ਹੀ ਨਹੀਂ ਹੈ ਪਰ ਇੱਧਰ ਹੁਣ ਤੇ ਕਹਿੰਦੇ ਐਂਡ ਕਹਿੰਦੇ ਜੰਗ ਛਿੜੀ ਹੋਈ ਆ ਲੈ ਵੀ ਇੱਕ ਪਾਸੇ ਖੇਡ ਵਾਲੀਬਾਲ ਦਾ ਬੱਬਰ ਸ਼ੇਰ ਹੈ ਨਾਲ ਪ੍ਰਿੰਸ ਲੱਗਿਆ ਹੋਇਆ ਖੇਡ ਵਾਲੀਬਾਲ ਦਾ ਨਾਲ ਮਾਜਰੇ ਵਾਲਾ ਛੋਟੂ ਨਾਲ ਵਾਲੀਬਾਲ ਦੀ ਤੋਪ
ਤੇ ਕਲਾਕਾਰ ਨੂੰ ਤੇ ਅਜੇ ਕਲਾਕਾਰ ਟੱਕਰ ਨਹੀਂ ਹੈ, ਆ ਵੀ ਗੱਲ ਪੱਕੀ ਹੈ। ਦੇਵੀ ਨੂੰ ਵੀ ਦੁਨੀਆ ਖੇਡ ਵਾਲੀਬਾਲ ਦਾ ਕਲਾਕਾਰ ਦੱਸਦੀ ਅੱਜ ਦੇ ਸਮੇਂ ਦੇ ਵਿੱਚ। ਓਏ ਤੋਪ 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 ਡ੍ਰੌਪ ਲਾ ਗਿਆ ਕਲਾਕਾਰ ਤੇ, ਚਾਰ ਚਾਰ ਤਿੰਨ ਪੁਆਇੰਟ ਹੋ ਗਏ ਜੀ। ਰਵੀ ਕਲਾਕਾਰੀ ਨੂੰ ਕਲਾਕਾਰੀ ਨਾਲ ਮਾਰਦਾ ਇੱਕ ਵਾਰੀ ਹੱਲਾ ਗੁੱਲਾ ਜਾ ਪਾ ਦਿਓ ਲੋਕੋ। ਸ਼ੇਰੂ ਨਹੀਂ ਆਇਆ ਵੀਰੇ, ਕੰਮ ਹੋ ਗਿਆ ਸੀ ਵਾਲੀ ਚੱਲ ਪੀ। ਪੰਜ ਤਿੰਨ ਹੋ ਗਏ ਵੀਰੇ, ਪੰਜ ਤਿੰਨ ਸੁਨੀਪ ਗੋਇਲ ਲਾਲਿਆਂ ਵਾਲੀ ਵੈਲਕਮ ਵੈਲਕਮ ਜੀ। ਹੁਣ ਆਵਾਜ਼ ਸੈੱਟ ਕਰ ਦੇ, ਉਹ ਤਾਂ ਹਲਾਈ ਜਾਣਾ ਟੇਬਲ ਤੋਂ ਛੋਟੇ, ਕਿਉਂਕਿ ਦੇਖੀ ਥੋੜੀ ਦੇਰ ਦੇ ਵਿੱਚ ਬਾਲੀਬਾਲ ਨੂੰ ਕੁੱਟਣ ਦੀ ਆਵਾਜ਼ ਰਹਿ ਜਾਣੀ ਹੈ, ਜਿਹੜੇ ਹਿਸਾਬ ਨਾਲ ਮੁੰਡੇ ਚੱਲੀ ਜਾਂਦੇ ਆ। ਸਾਰੇ ਭਰਾ ਸ਼ੇਅਰ ਜ਼ਰੂਰ ਕਰਦੇ ਆ ਵੀਰੇ, ਇੱਕ ਦੋ ਦੋ ਜੀ ਛੇ ਤਿੰਨ ਪੁਆਇੰਟ ਹੋ ਗਏ ਜੀ, ਛੇ ਤਿੰਨ ਵੀਰੇ। ਰਣਵੀਰ ਸਾਡਾ ਰਿਹਾਨ ਗੁੱਜਰ ਕਹਿੰਦਾ ਜੇ ਚਾਹੁੰਦੇ ਮੈਚ ਦੇ ਵਿੱਚੋਂ ਯੂਪੀ ਸ਼ਾਸਤਰੀ ਦੀ ਟੀਮ ਜਿੱਤਦੀ ਹੈ ਫਿਰ ਮਾਜਰੇ ਦੇ ਛੋਟੂ ਦਾ 500 ਦੀ ਨਗਰ ਨਿਵਾਸੀ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ। ਕਰੀ ਆਓ ਸ਼ੇਅਰ ਸਾਰੇ ਭਰਾ ਵੀਰੇ, ਖਿੱਚ ਕੇ ਸ਼ੇਅਰ ਕਰੀ ਆਓ ਜੀ। ਫਾਈਨਲ ਚ ਚੁਨੈਟੀ ਦੀ ਟੀਮ ਆ ਵੀਰੇ, ਚੁਨੈਟੀ ਬਿਲਕੁਲ ਬਿਲਕੁਲ ਜੀ। ਬੰਟੀ ਸੰਧੂ ਯੋਧਾ ਚਾਂਗਲੀ ਕੋਈ ਸ਼ੱਕ ਨਹੀਂ ਇਹ ਗੱਲ ਚ, ਯੋਧਾ ਚਾਂਗਲੀ ਬਹੁਤ ਸਵਾਗਤ ਆ ਬਈ। ਓਏ ਸਿੰਨੂ ਬਾਲ ਆ ਗਿਆ ਨੰਬਰ 400 ਹੋ ਗਏ ਵੀਰੇ, ਪ੍ਰਿੰਸ ਤਗੜੀ ਬਾਲ ਆ ਗਿਆ, ਸਕੋਰ 500 ਹੋ ਗਿਆ ਵੀਰੇ, 5-6 ਹੋ ਗਏ ਹੁਣ ਰਾਜਸਥਾਨ ਵਾਲੇ ਆ, 5-6 ਹੋ ਗਏ ਆ। ਗੁੱਡ ਮਾਰਨਿੰਗ ਜੀ ਅਨਿਲ USA, ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵੀਰੇ। ਜਸਨ ਬੁੱਟਰ ਸੈਮੀ ਆ, ਦੂਜਾ ਸੈਮੀ ਵੀਰੇ, ਨਜ਼ਾਰਾ ਫੇਰ ਆ ਬੜਿਆ ਬੜਿਆ। ਉਹ ਬਾਲ ਹੋਏ ਮੁੰਡਿਆ ਯਾਰ, ਸਿਰਾ ਬਾਲ ਜੌਂਟੀ ਦੀ
ਹੈਲੋ ਪੁਆਇੰਟ ਵੀਰੇ ਮੇਰੇ ਹਿਸਾਬ ਨਾਲ 5-6 ਸਕੋਰ ਆ ਜੀ 5-6 ਸਤਿ ਸ਼੍ਰੀ ਅਕਾਲ ਜੀ ਤਰਨੀ ਸੰਧੂ ਜੀ ਸਤਿ ਸ਼੍ਰੀ ਅਕਾਲ ਬਹੁਤ ਸੋਹਣਾ ਮੈਚ ਹੈ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਤਗੜੀਆਂ ਨੇ ਪੂਰੀਆਂ ਬਰਾਬਰੀ ਦੇ ਮੈਚ ਹੈ ਪੰਜਾਬੀ ਟੱਕਰੇ ਦੀ ਹਾਨੀਆਂ ਨੂੰ ਹਾਨ ਮਿੱਤਰੋ ਆਓ ਭੱਜਦਾ ਨੇ ਇੱਕ ਹਾਨ ਮਿੱਤਰੋ ਗੁੱਡ ਮਾਰਨਿੰਗ ਜੀ ਅੱਜ ਬਟਾਕਾ ਰਾਮਕੋਟ ਜੀ ਜਦ ਚਨੇਟੀ ਦਾ ਮੈਚ ਹੋਗਾ ਫਿਰ ਕਰਾਏ ਅਨਾਊਂਸਮੈਂਟ ਬਾਈ ਜੀ ਚਨੇਟੀ ਦਾ ਮੈਚ ਫਾਈਨਲ ਹੈ ਜੀ ਫਿਰ ਕਰਾਏਗੇ ਅਨਾਊਂਸਮੈਂਟ ਨਵਦੀਪ ਬਾਈ ਸੈਮੀ ਫਾਈਨਲ ਹੈ ਜੀ ਸੈਮੀ ਫਾਈਨਲ ਸਤਿ ਸ਼੍ਰੀ ਅਕਾਲ ਜੀ ਰਾਓ ਯੂਪੀ ਜੀ ਹਰੀਸ਼ ਗੁੱਜਰ ਰਾਏਪਰ ਵਾਲਾ ਪੁਆਇੰਟ ਕਰਦੇ ਆ ਪਤਾ ਵੀਰੇ ਸਾਡਾ ਕਹਿੰਦਾ ਜੁੰਟੀ ਦੀ ਹਰ ਇੱਕ ਸ਼ੇਅਰ ਸਾਰੇ ਭਰਾ ਜਰੂਰ ਕਰਦੇ ਆ ਵੀਰੇ ਹਰ ਇੱਕ ਸਮੈਸ਼ 100 ਦੀ ਹੈ ਓਏ ਬਲੌਕ ਅਭਿਸ਼ੇਕ ਤਗੜਾ ਬਲੌਕ ਕਰ ਗਿਆ ਅਭਿਸ਼ੇਕ ਬਾਲੂਟ ਸਾਡਾ ਸੁਮਿਤ ਜੂਨ ਖੰਗਾਈ ਵਾਲਾ ਓ ਬਾਈ ਕਹਿੰਦਾ ਜੇ ਟੀਮ ਜਿੱਤਦੀ ਹੈ ਇੰਦਰੀ ਵੀ ਮਾਣ ਹੋਣਗੇ 200 ਦੇ ਨਾਲ ਮਾਣ ਹੋਣਗੇ ਵੀਰ ਸਾਡੇ ਢੁੰਡਸ਼ੇ ਪਿੰਡ ਦੇ ਅਮਿਤ ਦੇ ਪੁਆਇੰਟ ਕਿੰਨੇ ਪੁਆਇੰਟ ਬਾਈ 7-5 ਪੁਆਇੰਟ ਆ ਜੀ 7-5 7 ਇੰਦਰੀ 5 ਯੂਪੀ ਲਵਨੀਨ ਮਾਨ ਵੀਰੇ 7-5 ਆ ਜੀ 7 ਜੱਸਾ ਅੰਕਿਤ ਪਥਰੇੜੀ ਦੇ ਰੈਸਰ ਵਾਲੇ ਜੱਸੇ ਦੇ ਇੰਦਰੀ ਟੀਮ ਦੇ ਜਿਹੜੇ 7 ਸਕੋਰ ਆ ਜੀ 5 ਯੂਪੀ ਸ਼ਾਸਤਰੀ ਜੌਂਟੀ ਛੋਟੂ ਵਰਗਿਆਂ ਦੇ 5 ਆ ਜੀ 7-5 ਵੀਰੇ ਅਭਿਸ਼ੇਕ ਹੈ ਨਹੀਂ ਜੌਂਟੀ ਜਗ੍ਹਾ ਤੇ ਪਿਓ ਸੀ ਬਸ ਹਾਂ ਜੱਸੇ ਦੀ ਬਾਲ ਸ਼ਾਸਤਰੀ ਤੇ ਜੌਂਟੀ ਤੇ 11 ਪਾਉਂਡ ਦੀ ਵਿਧੇ ਮਲਕ ਯੂਕੇ ਵੱਲੋਂ ਚਾਹੇ ਜੌਂਟੀ ਦੇ ਬਾਲ ਲੱਗੇ ਚਾਹੇ ਸ਼ਾਸਤਰੀ ਦੇ ਮਲਕ ਯੂਕੇ ਜੇਕਰ ਸ਼ਾਸਤਰੀ ਦੇ ਜਾਂ ਫਿਰ ਬਈਆਂ ਦੇ ਜੌਂਟੀ ਦੇ ਬਾਲ ਲਾਵੇ ਤੇ 11-11 ਪਾਉਂਡ ਦੀ ਬਣਦੀ ਹੈ ਬਹੁਤ ਧੰਨਵਾਦ ਜੀ ਰਾਓ ਆਰਫ ਯੂਪੀ ਜੀ ਕੱਲ ਦੀ ਐਨਵਰਸਰੀ ਮੇਰੀ ਯਾਦ ਨਹੀਂ ਹੈ ਰਾਓ ਸਾਹਿਬ ਕੱਲ ਸੀ ਬਾਈ 19 ਮਈ ਹੋ ਗਈ ਬਾਈ 18 ਮਈ ਕੋਈ ਮੇਰੀ ਕੱਲ ਸੀ ਐਨਵਰਸਰੀ ਬਾਈ ਯਾਦ ਨਹੀਂ ਹੈ ਜੀ ਫਿਰ ਵੀ ਧੰਨਵਾਦ ਜੀ ਰਾਓ ਆਰਫ ਜੀ ਪਾਰਟੀ ਤਾਂ ਕੱਲ ਸੀ ਠੰਡਾ ਦਾ ਪਿਆ ਤਾ ਸੀ ਕੱਲ ਢਾਬੇ ਤੇ ਬਿਠਾ ਕੇ ਪਿਆ
ਧੰਨਵਾਦ ਵਿਜੇ ਬਾਈ, ਆਪਣੇ ਬੋਲ ਦੀ ਆ, ਸਮਝ ਲਓ ਤੋਹਫਾ ਮਿਲ ਗਿਆ ਮੇਰੇ ਕੋਲ ਬਾਈ, ਕੋਈ ਦਿੱਕਤ ਨਾ ਜੀ, ਧੰਨਵਾਦ ਬਹੁਤ ਬਹੁਤ, ਆਪਣੇ ਬੋਲ ਦੀ ਆ, ਸਮਝ ਲਓ ਤੋਹਫਾ ਮਿਲ ਗਿਆ ਬਾਈ। ਚਨੇਟੀ ਚ ਐਕਸ ਬਾਈ ਗੋਲੂ ਹੈ ਜੀ, ਗੋਲੂ ਬਹੁਤ ਬਹੁਤ ਧੰਨਵਾਦ ਜੀ। ਜਸਵੰਤ ਜੀ, ਜਸਵੰਤ ਸਹਿਗਾਵ ਜੀ, ਬਹੁਤ ਧੰਨਵਾਦ। ਵੱਡੇ ਖਿਡਾਰੀਆਂ ਦੇ ਵਿੱਚ ਕਹਿੰਦੇ ਜੁੱਟ ਹੁੰਦਾ ਮੰਡਾ ਵਾਲਾ, ਨਾਲ ਦੇ ਪਾਸੇ ਲਾਲਕੁਸ਼ਾ ਸ਼ਾਸਤਰੀਆ ਹੈ ਤੇ ਬਈਆਂ ਦਾ ਜੁੱਟ ਖੜਾ ਸੈਂਟਰ ਦੇ ਵਿੱਚ ਨਾਲ ਆਸ਼ੂ। ਜੇਕਰ ਬਹੁਤ ਧੰਨਵਾਦ ਜੀ ਤੇਜਿੰਦਰ ਮਹਿਲ ਖੁਰਦ, ਆਸਟ੍ਰੇਲੀਆ ਨੇ ਸਟਾਰ ਭੇਜਿਆ, ਬਹੁਤ ਧੰਨਵਾਦ ਜੀ ਤੇਜਿੰਦਰ ਹਰੀ। ਰਵਿੰਦਰ ਪਰਵਾਕਰ ਧੰਨਵਾਦ, ਧੰਨਵਾਦ ਜੀ। ਇੱਕ ਸ਼ੇਅਰ ਜ਼ਰੂਰ ਕਰੋ ਵੀਰੇ, ਜੰਗ ਸਾਰੇ ਭਰਾ ਦੇਖ ਲੈਣ, ਸ਼ੇਅਰ ਜ਼ਰੂਰ ਕਰੀ ਚਲੋ ਸਾਰੇ ਵੀਰ। 7-5 ਪੁਆਇੰਟ ਆ ਜੀ, ਬਣੇ ਹੋਏ ਮੜਾ ਯਾਰਾ ਫਾਈਨਲ ਨੀ ਵੀਰੇ, ਸੈਮੀ ਆ, ਦੂਜਾ ਸੈਮੀ ਆਉਣ ਵਾਲੇ ਟੂਰਨਾਮੈਂਟ, ਕਿਸੇ ਵੀ ਟੂਰਨਾਮੈਂਟ ਤੇ ਆਪਣਾ 11 ਸੋਨਾ ਸਨਮਾਨ ਕੀਤਾ ਨਾ ਵਿਜੇ ਮਾਲ ਯੂਕੇ ਵੱਲੋਂ ਐਨਵਰਸਰੀ ਗਿਫਟ ਹੋਊਗਾ। ਬਹੁਤ ਧੰਨਵਾਦ ਜੀ ਵਿਜੇ ਮਲਿਕ ਜੀ, ਥੈਂਕ ਯੂ ਵੀਰੇ। ਕੋਈ ਦਿੱਕਤ ਨਾ ਹੈ, ਬਹੁਤ ਬਹੁਤ ਧੰਨਵਾਦ ਸੈਮੀ ਆ, ਸੈਮੀ ਵੀਰੇ ਬਹੁਤ ਬਹੁਤ ਧੰਨਵਾਦ ਕਰਦੇ ਆ, ਕਾਲਾ ਤਿਉੜੀ ਸਾਡਾ ਵੀਰ ਹੈ। ਫਾਈਨਲ ਚ ਚਨੇਟੀ ਟੀਮ ਆ ਵੀਰੇ, ਸਾਹਮਣੇ ਵਿਨਰ ਵਧੀਆ ਵੀਰੇ। ਧੰਨਵਾਦ ਆ ਰੋਹੀ ਪਟਾਦੀਆ,
ਪਰ ਭੇਜੇ ਹੈ। ਓਕੇ ਓਕੇ ਵਿਜੇ ਮਲਕ ਬਾਈ ਜੀ, ਕੋਈ ਬਾਤ ਨੀ ਬਾਈ। ਲਾਈਵ ਦੇ ਨਾਲ ਵਿਸ਼ੇਸ਼ ਤੌਰ ਤੇ ਜੁੜਿਆ ਹੋਇਆ ਮਨਜੀਤ ਖਰਬ ਨਾਰੇਵਾਲ, ਵੱਡਾ ਮੈਂ ਧੰਨਵਾਦ ਕਰਦਾ ਹਾਂ। ਆਪਦੇ ਪੈ ਪਾਣੀ ਜੀ ਫੁਰਦੀ ਆਇਆ ਤੇਰਾ ਨੀ ਕਸੂਰ ਬਾਬਾ, ਤੈਨੂੰ ਜਿਹੜਾ ਪੂਰਾ ਡੱਬਾ ਲੱਗ ਦੇਣਾ ਉਹਦਾ ਕਸੂਰ ਡੱਬਾ ਜੌਨੀ ਬਾਈ ਜੀ ਬਿਲਕੁਲ ਬਿਲਕੁਲ ਬਾਈ ਜੀ ਸੱਤ ਛੇ ਸਰਵ ਫੇਰ ਚੇਂਜ ਆ ਵੀਰੇ ਧੁੱਪ ਆਉਂਦੀਆਂ ਚੱਕ ਕੇ ਮੂਹਰੋਂ ਤਾਂ ਨਹੀਂ ਉਹ ਆਊਗਾ ਐਂ ਉਹ ਮੂਹਰੇ ਆਊ ਜਾਂ ਚੱਕੂ ਨਹੀਂ ਮਜ਼ਾ ਦੀ ਗੱਲ ਹੈ ਉਹ ਆ ਗਿਆ ਮੂਹਰੇ ਸਾਤਰੀ ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਔਰ ਲੈ ਵੀ ਖੇਡ ਕੇ ਕੰਮ ਜਿਹੜਾ ਸਟਾਰਟ ਹੋ ਚੁੱਕਿਆ ਹੈ ਖੇਡ ਦੇ ਗਰਾਊਂਡ ਦੇ ਵਿੱਚ, ਲੈ ਵੀ ਕਹਿੰਦੇ ਬੱਬਰ ਸੇਰਾ ਹੁਣ ਤੇ ਨੰਬਰ ਜੋੜਦੇ ਬੈਠਗੇ ਆ ਰਾਮ ਰਾਮ ਬਾਈ, ਗੁੱਡ ਮਾਰਨਿੰਗ ਸਾਰੇ ਭਰਾਵਾਂ ਨੂੰ, ਵੈਰੀ ਗੁੱਡ ਮਾਰਨਿੰਗ ਜੀ। ਸੱਤ ਬਰਾਬਰ ਹੋ ਗਏ ਵੀਰੇ, ਸੱਤ ਬਰਾਬਰ ਸੈਂਟਰ ਦੇ ਵਿੱਚ ਨਵੀਂ ਹੁਣ ਪ੍ਰਿੰਸ ਤੇ ਤੋਪ ਦੀ ਟੱਕਰਾਂ ਕਰੋ ਪੂਰਾ ਕੰਮ ਖਿੱਚਿਆ ਹੋਇਆ ਅੱਜ ਦੇ ਆ, ਕਿਆ ਬਾਤ ਹੈ। ਗਾਂਧੀ ਨੀ ਆਇਆ ਰਦੌਰ ਵਾਲਾ ਵੀਰੇ, 8-7 ਪੁਆਇੰਟ ਹੋ ਗਏ ਜੀ, 8 ਯੂਪੀ 7 ਇੰਦਰੀ 8-7। ਸਾਰੇ ਭਰਾ ਇੱਕ ਸ਼ੇਅਰ ਜ਼ਰੂਰ ਕਰੋ ਵੀਰੇ, ਬੰਦਾ ਕੀ ਨਹੀਂ ਕਰ ਸਕਦਾ।
ਤੇ ਕੱਪ ਨਾਲ ਜਾਂ ਗੁੰਦ ਗੁੰਦ ਨਾਲ ਸਾਗਰ ਭਰ ਸਕਦਾ 8 ਯੂਪੀ 7 ਇੰਦਰੀ ਦੀ ਤਰਤੀ ਹੁੰਦੀ ਹੈ ਤੇ ਫਿਰ ਤੁਰਕਾ ਤੁਰਕਾ ਕਰਦੇ ਇਹ ਮਸ਼ੀਨ ਤੇ ਜਾ ਬੋਲ ਮਸ਼ੀਨ ਤੇ ਅੱਠ ਸੱਤ ਆ ਵੀਰੇ 8-7 ਜੀ 21 ਦਾ ਮੈਚ ਆ ਬਈ ਅੰਕਿਤ ਦੀ ਬਾਲ ਸ਼ਾਸਤਰੀ ਤੇ ਸੋਨੂ ਦੇ 1100 ਅੰਕਿਤ ਦੇ ਸ਼ੇਰੂ ਜਾਂ ਸ਼ਾਸਤਰੀ ਅੰਕਿਤ ਜੇ ਸ਼ਾਸਤਰੀ ਜਾਂ ਸੋਨੂ ਦੇ ਬਾਲ 1100 ਰੁਪਈਆ 500 ਹੋਣਾ ਹੈ ਗਗਨ ਯੂਐਸਏ ਅਰਮਾਨ ਵੀਰ ਸਾਡਾ ਸ਼ਿਵਮ ਯੂਐਸਏ ਸ਼ਾਸਤਰੀ ਜਾਂ ਛੋਟੂ ਸ਼ਾਸਤਰੀ ਦਾ ਮਲਕ ਭਰਾ ਸਾਡਾ ਯੂਕੇ ਵਾਲਾ ਕਹਿੰਦਾ ਵੀ ਰੁਪਈਆ ਆਪਾਂ 1100 ਦੇਣਾ ਹੈ ਟੱਕਰ ਖੇਡੀ ਜਾ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਰੁਦਰੋ ਮੁੰਡੇ ਚੇਨਾਈਟੀ ਵਾਲੇ ਵੇਟ ਕਰਦੇ ਨੇ ਵੀ ਕਿਹਦੇ ਨਾਲ ਪੇਚਾ ਪੈਣਾ ਰੱਖਿਓ ਵਿਜੇ ਕਈ ਵਾਰ ਮੇਰਾ ਧਿਆਨ ਨਾ ਹੋਵੇ ਵੀਰੇ ਜੇ ਬਾਲ ਲੱਗੀ ਤਾਂ ਧਿਆਨ ਤੁਸੀਂ ਰੱਖਿਓ ਭਰਾ ਬਣ ਕੇ ਖੇਡ ਦਿਖਾਈ ਹੈ ਰਾਜ ਕੀਤਾ ਹੈ ਨਾ ਖੇਡ ਵਾਲੀਬਾਲ ਦੇ ਗਰਾਊਂਡਾਂ ਦੇ ਉੱਤੇ ਔਰ ਕੁਝ ਦਿਨਾਂ ਪਹਿਲਾਂ ਹੀ ਵਾਲੀਬਾਲ ਦੀ ਐਂਡ ਕਹਿੰਦੇ ਟੌਪ ਦੀ ਟੂਰਨਾਮੈਂਟ ਜਿੱਤੀ ਆਸਟ੍ਰੇਲੀਆ ਦੇ ਵਿੱਚ ਵੀ ਆ ਔਰ ਨਾਲ 50 ਸਟਾਰ ਭੇਜਿਆ ਅਮਿਤ ਸ਼ਰਮਾ ਧੁਰਸ਼ੀ ਦੇ ਲਈ ਆ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਵੀਰੇ ਸੁਖਿੰਦਰ ਸੋਹੀ ਜੀ ਗੁੱਡ ਮਾਰਨਿੰਗ ਆਸਟ੍ਰੇਲੀਆ ਓਕੇ ਓਕੇ ਠੀਕ ਆ ਵਿਜੇ ਮਲਿਕ ਜੀ ਧਿਆਨ ਰੱਖਾਂਗੇ ਬਾਈ ਕਿੰਨੇ ਆ ਬਾਈ 8-9 ਆ ਵੀਰੇ 8-9 ਜੀ ਉਰੇ ਰੇਂਜ ਘੱਟ ਆ ਉਹ ਹੋ ਗਿਆ ਦਰਸ਼ਾਲ 8-9 ਪੁਆਇੰਟ ਆ ਜੀ 8 ਇੰਦਰੀ 9 ਯੂਪੀ ਔਰ ਨਾਲ ਹੀ ਉਧਰੋਂ ਅਮਨ ਮੰਡਾਨ ਕੁਕਨੀ ਯੂਐਸਏ ਸੋਰੀ ਆਸਟ੍ਰੇਲੀਆ ਕਹਿੰਦਾ ਬਈ ਇਹ ਛੋਟੂ ਬਾਲਾ ਦੇ ਜੱਸੇ ਦੇ ਫਿਰ ਕਹਿੰਦਾ ਰੁਪਈਆ 500 ਹੋਵੇਗਾ ਬਾਜਰੇ ਪਿੰਡ ਦੇ ਛੋਟੂ ਦੇ ਲਈ ਆ
ਔਰ ਨਾਲ ਜੋਨੀ ਅੰਟਾਲ ਰਾਵੇ ਵਾਲਾ ਵੀ ਕਹਿੰਦੇ ਜੁੜ ਗਿਆ ਵਿਸ਼ੇਸ਼ ਤੌਰ ਤੇ ਲਾਈਵ ਦੇ ਨਾਲ, ਵੱਡਾ ਧੰਨਵਾਦ ਹੈ। ਔਰ ਬੰਦੇ ਨਵੀਂ ਮਾਜਰੇ ਵਾਲਿਆ ਜੇ ਪਾਲ ਲਾ ਦੇ ਨਾ ਰਾਇਸਰ ਪਿੰਡ ਦੇ ਜੱਸੇ ਦੇ, ਫਿਰ ਤੇਰੇ ਲਈ ਵੀ 500 ਹੋਏਗਾ ਅਮਨ ਭੰਡਾਰ ਆਸਟ੍ਰੇਲੀਆ ਵੱਲੋਂ। ਫਿਰ ਵਧੀਆ ਵਧੀਆ ਲਾਰੀ ਮੌੜ ਨਾ ਭਾ ਵਧੀਆ ਯਾਰਾ, ਤੂੰ ਸੁਣਾ ਕੀ ਹਾਲ ਆ ਜੀ? ਏਦਾਂ ਕੰਮ ਨੀ ਚੱਲਣਾ। 9-8 ਪੁਆਇੰਟ ਆ ਜੀ। ਹੈਲੋ ਬਿਲਕੁਲ ਬਰਾਬਰੀ ਤੇ ਖੇਡਿਆ ਜਾ ਰਿਹਾ ਹੈ, ਦੋਨੋਂ ਟੀਮਾਂ ਕਹਿੰਦੇ ਜਿੱਤ ਦੇ ਲਈ ਜੂਝ ਰਹੀਆਂ ਨੇ, ਪਰ ਆ ਮੈਚ ਹੁਣ ਕੌਣ ਜਿੱਤ ਕੇ ਧਰਤਨ ਕਰਾਵੇਗਾ ਇਹਦੇ ਗੱਲ ਕਹਿੰਦੇ ਮੌਕੇ ਦੀ ਹੋਵੇਗੀ। ਇੰਦਰੀ ਦੇ ਸੀ ਨੰਬਰ ਬੁੱਧ ਸਿੰਘ ਬਾਜਵਾ ਕੈਨੇਡਾ ਵੈਲਕਮ ਵੈਲਕਮ ਜੀ। ਰੋਲਾ ਜੱਸੇ ਦਾ ਰੁਦਰੂ ਅਭਿਸ਼ੇਕ ਭੰਡਾਰ ਹੈ ਯਾਰਾਂ ਦਾ ਯਾਰ ਵੀਰ ਸਾਡਾ ਕਹਿੰਦਾ ਹੈ ਜੇ ਵੀ ਜੱਸਾ ਛੋਟੂ ਦੇ ਬਾਲ ਲਾ ਜੇ ਫਿਰ ਰੁਪਈਏ 1100 ਦੇ ਨਾਲ ਮਾਣ ਹੋਣਗੇ। ਚਨੇਟੀ ਜਿੱਤ ਗਈ ਵੀਰੇ ਕਨਾਲ ਸੀ ਤੋਂ, ਚਨੇਟੀ ਫਾਈਨਲ ਜਾ ਜੀ ਪਹਿਲਾ ਸੈਮੀ। ਸਕੋਰ ਮੇਰੇ ਹਿਸਾਬ ਨਾਲ 8-9 ਸਕੋਰ ਆ ਜੀ। ਅਰਸ਼ ਗਿੱਲ ਮਲਤਾਨੀਆ ਕੈਨੇਡਾ, ਵਧੀਆ ਵਧੀਆ ਅਰਸ਼ ਕਿਵੇਂ ਹੋ ਯਾਰਾ? 8 ਇੰਦਰੀ, 9 ਯੂਪੀ ਵੀਰੇ, 8-9 ਆ ਜੀ। 21 ਦੀ ਗੇਮ ਹੈ। ਨਜ਼ਾਰਾ ਵੱਜਿਆ ਪਿਆ ਬੁੱਧ ਸਿੰਘ ਬਾਜਵਾ ਵਸਦਾ ਵਿੱਚ ਕੈਨੇਡਾ ਦੇ, ਉਹ ਵੀ ਆ ਗਿਆ ਸਾਡਾ ਵੀਰ ਲਾਈ ਤੇ। ਹਰਦਰ ਸੁਖਜਿੰਦਰ ਸੋਹੀ ਦੌਲਤਪੁਰ ਵਾਲਾ ਰਜਤ ਚਗਾਨੀ ਦੀ ਬਹੁਤ ਧੰਨਵਾਦ, ਜਿੰਨੇ ਵੀ ਭਰਾ ਜੁੜੇ ਬੈਠੇ ਅੱਜ ਦੇ ਵੱਡੇ ਕੱਪ ਦੇ ਨਾਲ। ਔਰ ਸਾਹਮਣੇ ਕਹਿੰਦੇ ਕਮਾਲ ਹੋਈ ਪਈ ਆ, ਔਰ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਵੀ ਨੰਬਰ 10ਵਾਂ ਹੁਣ ਕਰਾ ਦੇਗਾ ਵੀ ਬਿਨਾਂ ਗੱਲੋਂ ਕਾਰਜੇ ਦਾ ਟੱਪਣਾ ਹੁੰਦੀ ਆ ਨਿਸ਼ਾਨੀ ਵੇਲੇ ਹਾਰਦੀ ਆ, ਆਹ ਕਦੇ ਨਾ ਗੰਡਾਸਾ ਜਾਨ ਬਖਸ਼ੇ ਤੇ ਕਦੇ ਵੀ ਗਲੇਲ ਯਾਰੋ ਬੰਦਾ ਮਾਰਦੀ ਹੈ ਤੇ ਹੱਥ ਨੂੰ ਵੀ ਪੈਂਦਾ ਯਾਰੋ ਧੁੱਪਣਾ। ਕਰਵਾਉਣੀ ਪਵੇਗੀ।
ਜੱਸੇ ਬਾਈ ਸ਼ਾਬਾਸ਼ ਪ੍ਰੇਮ ਬਾਲ ਉਧਰ ਹੋਵੇ ਮਲਕਾ ਭਰਾ ਸਾਡਾ ਯੂਕੇ ਵਾਲਾ ਔਰ ਵੀਰ ਕਹਿੰਦਾ ਵੀ ਜੇ ਜੱਸਾ ਚ ਬੈਸਟ ਰਹਿੰਦਾ ਤੇ ਜੱਸੇ ਦਾ ਔਰ ਨਾਲ ਚਾਂਗਲੀ ਪਿੰਡ ਦੇ ਵਰਿੰਦਰ ਦਾ ਸਨਮਾਨ ਜਿਹੜਾ 1100 ਦੀ ਨਗਦ ਰਾਸ਼ੀ ਦੇ ਨਾਲ ਕੀਤਾ ਜਾਵੇਗਾ। ਮਾਨ ਸਨਮਾਨ ਕਹਿੰਦੇ ਵੱਡੇ ਆ ਪਰ ਇੱਕ ਪੈਣ ਦਾ ਫਰਕ ਕੋਈ ਬਹੁਤਾ ਨਹੀਂ ਹੁੰਦਾ। ਤਿਆਰੀ ਫੜ ਲਾ ਆਹ ਪਥਰੇੜੀ ਵਾਲਾ ਦੁਨੀਆ ਬੱਬਰ ਸ਼ੇਰ 8-9 ਪੁਆਇੰਟ ਆ ਜੀ 8-9 ਸ਼ੇਅਰ ਸਾਰੇ ਭਰਾ ਜ਼ਰੂਰ ਕਰਦੇ ਆ ਵੀਰੇ ਤੋਪ ਦੇ ਗੋਲੇ ਹਰ ਸ਼ਰਮਾ ਸਾਡੀ ਜ਼ਿੰਦਗੀ ਦਾ ਮਾਣ ਆ ਭਰਾ ਸਾਡਾ ਅੱਗ ਜ਼ਰੂਰ ਭੇਜ ਦਿਆ ਕਰੋ ਜਦੋਂ ਬਾਲ ਤਕੜੀ ਵੱਜਦੀ ਹੈ ਵੀਰੇ ਕੋਈ ਵੀ ਪਲੇਅਰ ਮਾਰੇ ਅੱਗ ਜ਼ਰੂਰ ਭੇਜ ਦਿਆ ਕਰੋ ਮੁੰਡਿਆਂ ਨੇ ਤਿੰਨ ਯਾਰਾਂ ਕਹਿੰਦੇ ਵੱਜਿਆ ਪਿਆ ਵੇਖਦੇ ਕੌਣ ਫੁਰ ਤਾਂ ਸ਼ੇਅਰ ਸਾਰੇ ਭਰਾ ਜ਼ਰੂਰ ਕਰੋ ਖਿੱਚ ਕੇ ਬਾਈ ਬਾਲਾ ਤਕੜਾ ਮੈਚ ਆ ਜੀ 8-9 ਸਕੋਰ ਸ਼ੱਕਦੇ ਰਹਿ ਰਹੀ ਆ ਤੇ ਮੇਲਾ ਮੇਰੇ ਮਿੱਤਰੋ ਪਹਿਲਾ ਸੈਮੀ ਚਨੇਟੀ ਪੈ ਗਈ ਆ ਆਹ ਮੇਲਾ ਕਹਿੰਦੇ ਸੰਭਾਲੀ ਦਾ ਢੱਕ ਤੇ ਕਹਿੰਦੇ ਪੈ ਰਹੀ ਆ ਮੇਰੇ ਮਿੱਤਰੋ ਹਰ ਆਸਟ੍ਰੇਲੀਆ ਦੇ ਵਿੱਚ ਜਾ ਵਸਿਆ ਹੈ ਵੀਰ ਸਾਡਾ ਉਹ ਬਾਈ ਕਹਿੰਦਾ 9-8 ਸਰਵ ਫੇਰ ਚੇਂਜ ਆ ਵੀਰੇ 9-8 ਜੀ ਜੱਸੇ ਦੇ ਹੱਥਾਂ ਦੇ ਵਾਲ ਲਾ ਦੇ ਨਾ ਫਿਰ ਰੁਪਈਏ 1100 ਦੇ ਨਾਲ ਵੰਡ ਹੋਣਗੇ ਆ ਰਦਰੂ ਲਵੀ ਅਭਿਸ਼ੇਕ ਮੰਡਾਣ ਆਸਟ੍ਰੇਲੀਆ ਵੱਲੋਂ ਔਰ ਜੇ ਛੋਟੂ ਜੱਸੇ ਦੇ ਨਾਂ ਦੇ ਆ ਫਿਰ ਅਮਨ ਮੰਡਾਣ ਵੱਲੋਂ 1100 ਹੈ ਲਵੀ ਵੱਡਿਆ ਮਾਨਾ ਸਨਮਾਨਾਂ ਦੀ ਗੱਲ ਆ ਮਿੱਤਰਾ ਦੂਜਾ ਸੈਮੀ ਹੈ ਵੀਰੇ ਦੂਜਾ ਸੈਮੀ ਜੀ ਬਹੁਤ ਬਹੁਤ ਧੰਨਵਾਦ ਮਾਨ ਸਨਮਾਨ ਹੋਣੇ ਵੀ ਚਾਹੀਦੇ ਜਿਹੜੇ ਵਧੀਆ ਖੇਡਦੇ ਆ ਜਿਹੜੇ ਚੰਗਾ ਕਰਨ ਦੇ ਪ੍ਰਦਰਸ਼ਨ ਦੇ ਮਾਨ ਉਹਨਾਂ ਦੇ ਬਣਦੇ ਵੀ ਹੈ ਸ਼ਹੀਦ ਊਧਮ ਸਿੰਘ ਜੀ ਕਮਲੋਗ ਉਹਨਾਂ ਦੀ ਯਾਦ ਨੂੰ ਸਮਰਪਿਤ ਵੱਡਾ ਇੱਕ ਆਪਣਾ ਔਰ ਬਹੁਤ ਵੱਡਾ ਧੰਨਵਾਦ ਮੈਂ ਕਰਾਂਗਾ ਸਾਡੇ ਬਾਈ ਰਾਕੇਸ਼ ਕੰਬੋਜ ਦੀ ਨਾਲ ਬਈ ਸੰਜੇ ਕੰਬੋਜ ਸੈਮੀ ਫਾਈਨਲ ਹੈ ਬਾਈ ਸੈਕੰਡ ਸੈਮੀ ਫਾਈਨਲ ਹੈ ਜੀ ਫਾਈਨਲ ਤੇ ਚਨੇਟੀ ਦੀ ਟੀਮ ਮੇਲਾ ਜਿਹੜੀ ਆਪਣੀਆਂ ਅਮਿਤ ਯਾਦਾਂ ਛੱਡਦਾ ਹੋਇਆ ਸਫਲਤਾ ਵੱਲ ਨੂੰ ਵੱਧਦਾ ਤੁਰਿਆ ਜਾ ਰਿਹਾ ਹੈ ਸਾਡਾ ਵੀਰ ਕਰਮਵੀਰ ਸਾਈਪ੍ਰਸ ਔਰ ਨਾਲ ਸ਼ਿਵਮ ਆ ਬਾਈ ਸਾਡਾ ਯੂਐਸ ਵਿੱਚ ਆਉਂਦਾ ਨਾਲ ਗਗਨ ਯੂਐਸਏ ਨਾਲ ਸਿੰਗਲੈਂਡ ਪੈ ਗਈ ਜੱਸੇ ਦੀ ਵਿਦੇ ਇਸੇ ਤੇ ਅਗਲੀ ਤੇ ਹੈ ਸਿੰਗਲੈਂਡ ਤਾਂ ਪੈ ਗਈ ਜੱਸੇ ਦੀ ਇਹ ਦੱਸਿਓ ਵੀ ਅਗਲੀ ਤੇ ਆ ਜਾਂ ਇਸੇ ਤੇ ਹੀ ਆ 500 ਅੱਗ ਆ ਗਈ ਗਰਮੀ ਚ ਵੱਡੀ ਗਿਣਤੀ ਚ ਅੱਗ ਆ ਗਈ ਕਹਿੰਦੇ ਕੀ ਬਣ ਗਿਆ ਲੋਕੋ ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਜਿਹਨਾਂ ਵਿੱਚ ਕੋਈ ਆਹ ਗੱਲ ਬਾਤ ਹੁੰਦੀ ਹੈ ਬਹੁਤ ਸੋਹਣੀ ਗੱਲ 9 ਬਰਾਬਰ ਹੋ ਗਏ ਵੀਰੇ 9 ਬਰਾਬਰ ਸ਼ਾਦਰ ਜਿਹੜੀ ਕਹੀ ਹੈ ਨਵੀਂ ਮਾਜਰੇ ਵਾਲਿਆ ਉਧਰ ਅਭਿਸ਼ੇਕ ਮੰਡਾਣ ਹੈ 11 ਦਾ ਯਾਰ ਓਕੇ ਓਕੇ ਵਿਜੇ ਮਲਕ ਜੀ ਆਸਟ੍ਰੇਲੀਆ ਦੇ ਵਿੱਚ ਵਸੇ ਨੇ ਉਹ ਵੀਰ ਸਾਡਾ ਕਹਿੰਦਾ ਜੇ ਜੱਸੇ ਦੇ ਬਾਲ ਲਾ ਦੇਣਾ ਫਿਰ ਰੁਪਈਆ 2100 ਹੋਵੇਗਾ ਜੇ ਜੱਸੇ ਦੇ ਹੱਥਾਂ ਦੇ ਬਾਲ ਲੱਗ ਜੇ ਫਿਰ 2100 ਦੇ ਨਾਲ ਉਹ ਜਿਹੜੇ ਮਾਣ ਵੱਡੇ ਕਰ ਦਿੱਤੇ ਜਾਣਗੇ ਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਚੌਧਰੀ
ਬਲਿੰਦਰ ਸਾਈਪ੍ਰਸ ਰਵਿੰਦਰ ਕਪੂਰ ਜੀ ਦੁਬਈ ਲੱਖਿਆ ਸਾਡਾ ਵੀਰ ਯੂਕੇ ਦੇ ਵਿੱਚ ਵਸਦਾ ਇੰਦਰ ਮਰਾਹੜ ਜੀ ਕੀ ਹਾਲ ਆ ਜੀ ਆਲਾ ਘਨੌਰ ਜੀ ਪੰਕਜ ਕਪੂਰ ਵਿਪਲ ਹੋਣੀ ਸ਼ੇਅਰ ਤੇ ਸਪੋਰਟ ਸਾਰੇ ਭਰਾ ਵੀਰੇ ਸਸਕੀਏ ਤੋਂ ਪਹਿਲਾਂ ਲੱਗੀ ਸਹੀ ਆ ਗੱਲ ਬਈ ਤੇ ਨਾਲ ਭਰਾ ਸਾਡਾ ਮੋਹਿਤ ਕਪੂਰ ਆ ਵੀ ਕਪੂਰ ਵਿਪਲ ਕਪੂਰ ਨਾਲ ਰੇਸ਼ੂ ਕਪੂਰ ਨਾਲ ਹਿਮਾਂਸ਼ੂ ਕਪੂਰ ਔਰ ਭਰਾ ਸਾਡਾ ਮਹੇਸ਼ ਕਪੂਰ ਨਾਲ ਆਕਾਸ਼ ਕੰਬੋਜ ਇਹ ਸਾਰੇ ਭਰਾਵਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਸਾਂਭੀ ਹੈ ਨਾਲ ਹਾਰਦਿਕ ਹੈ ਸਾਰੇ ਭਰਾ ਸਾਡੇ ਬੜੇ ਸਤਿਕਾਰ ਦੇ ਯੋਗ ਮੈਚ ਦੇ ਬਾਅਦ ਦੇਵੀ ਰਾਜਸਰ ਵਾਲਿਆ ਆਹ ਲੋਕੀ ਪਿਆਰ ਬਣਾ ਕਰਦੇ ਆ ਤੇ ਜੇ ਪਿਆਰ ਕਰਦੇ ਤੇ ਮਾਣ ਹੁਣ ਰੱਖਣਾ ਪਊਗਾ ਤਿਆਰੀ ਫੜਨੀ ਪਊਗੀ ਜੋਰ ਲਾ ਕੇ ਦੇ ਨੰਬਰ ਦੌੜਨੇ ਪੈਣਗੇ ਆਪਣੀ ਟੀਮ ਦੇ ਲਈ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਜਿਹੜਾ ਕਰਾਂਗਾ ਉਹ ਚੋਚੇ ਤੌਰ ਤੇ ਜਿੰਨੇ ਵੀ ਭਰਾ ਸਾਡੇ ਲਾਈਵ ਜਿਹੜੇ ਬੈਠੇ ਆ ਮਾਣ ਸਨਮਾਨ ਹੋਣਗੇ ਭਾਵੇਂ ਛੋਟੂ ਲਾਵੇ ਜੱਸੇ ਦੇ ਜਾਂ ਜੱਸਾ ਲਾਵੇ ਛੋਟੂ ਦੇ ਗੱਲ 2100 ਦੀ ਹੋਣੀ ਹੈ ਔਰ ਉਧਰੋਂ ਵੀਰ ਸਾਡਾ ਤਗੜੀ ਬਾਲ ਆ ਗਿਆ ਬਈਆ ਨੌ ਬਰਾਬਰ ਸਕੋਰ ਜੀ ਕੈਨੇਡੀ ਬਾਈ ਫਾਈਨਲ ਮੈਚ ਜੀ ਫਾਈਨਲ ਪਹੁੰਚਦਾ ਕਰ ਦੇਣਾ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਭਾਣਾ ਨਹੀਂ ਹੈ ਐਵਰੀ ਨਹੀਂ ਹੈ ਸ਼ੇਰੂ ਨਹੀਂ ਹੈ ਐਵਰੇ ਫਾਈਨਲ ਦੀ ਚਨੇਟੀ ਆ ਚਨੇਟੀ ਦਿਲ ਨੂੰ ਨਹੀਂ ਜਾਣਦੀ ਹੈ ਵੱਡੀਏ ਮਜਾਜਰੀ ਤੋਂ ਦਿਲ ਨੂੰ ਨਹੀਂ ਜਾਣਦੀ ਹੈ ਪਰ ਆ ਦਿਲ ਦਾ ਕਹਿੰਦੇ ਬੱਚਾ ਮਰੀਦਾ ਨਾ ਵੀ ਪੰਡਤਾ ਥੋੜਾ ਪਛਾਣ ਹੋ ਜਾ ਤੇ ਜਾਂ ਫਿਰ ਉਹਦਾ ਪਰਲੇ ਪਾਸੇ ਹੈ ਤਾਂ ਜੋ ਤੇਰੇ ਮੱਥੇ ਤੇ ਸੂਝ ਦੀਆਂ ਕਿਰਨਾਂ ਸਿੱਧੀਆਂ ਨਾ ਪੈਣ ਸੋਹਣਾ ਵੀਰਾ ਪਰਲੇ ਪਾਸੇ ਹੋ ਗਏ ਜੇ ਖੜ ਜਾਵੇ ਗੱਲ ਜੋੜੀ ਟਿਕਾਣੇ ਓਏ ਬਲੋਟ ਵਾਲਾ ਵਿਸ਼ੇ ਤਗੜੀਆਂ ਬਾਲਾਂ ਫੜੀ ਆਉਂਦਾ ਮੁੰਡਾ ਅਭਿਸ਼ੇਕ ਬਲੋਟੀਆ ਸੈਮੀਫਾਈਨਲ ਹੈ ਬਾਈ ਸੈਮੀਫਾਈਨਲ ਜੀ
ਅੱਗੇ ਉਧਰੋਂ ਰਾਹੁਲ ਦੇਸ਼ਵਾਲ ਹੈ ਵੀਰ ਸਿੰਘ ਉਹ ਵੀ ਭਰਾ ਸਾਡਾ ਵਿਸ਼ੇਸ਼ ਤੌਰ ਤੇ ਲਾਈਵ ਦੇ ਨਾਲ ਜੁੜਿਆ ਸਾਡਾ ਧੰਨਵਾਦ ਹੈ ਅਭਿਸ਼ੇਕ ਮੰਡਾਣ ਜੀ ਨੇ ਸਟਾਰ ਭੇਜਿਆ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ 100 ਸਟਾਰ ਭੇਜਿਆ ਹੈ ਅਭਿਸ਼ੇਕ ਮੰਡਾਣ ਆਸਟ੍ਰੇਲੀਆ ਹਰਦਾਨ ਬਾਈ ਨੇ ਇੱਧਰ ਨੈਟ ਪੂਰਾ ਵਰੇ ਪਰਲੇ ਪਾਸੇ ਅਭਿਸ਼ੇਕ ਬਲੋਟ ਛੋਟੂ ਜੱਸੇ ਦੇ ਹੱਥਾਂ ਦੇ ਵਾਲ ਲਾਵੇ ਆ ਜਾਂ ਫਿਰ ਜੱਸਾ ਛੋਟੂ ਦੇ ਹੱਥਾਂ ਦੇ ਵਾਲ ਲਾਵੇ ਆ 2100 ਦਿੱਤਾ ਜਾਣਾ ਹੈ ਟੱਕਰ ਬਣੀ ਪਈ ਹੈ ਇੱਕ ਪਾਸੇ ਟੀਮ ਉਤਰੀ ਦੀ ਹੈ ਇੱਕ ਪਾਸੇ ਯੂਪੀ ਸ਼ਾਂਟੋ ਦੀ ਟੀਮ ਮੁਕਾਬਲਾ ਪੂਰਾ ਚੋਟੀ ਦਾ ਬਰਾਬਰੀ ਤੇ ਖੇਡਦੀਆਂ ਦੋਨੋਂ ਟੀਮਾਂ ਨੌ ਦਸ ਆ ਵੀਰੇ ਮੇਰੇ ਹਿਸਾਬ ਨਾਲ ਨੌ ਇੰਦਰੀ ਦਸ ਯੂਪੀ ਅੰਕਿਤ ਗੁਲੀਆ ਕਨੇਡਾ ਰਾਮ ਰਾਮ ਬਾਈ ਜੀ ਨਹੀਂ ਹੈ ਨਾ ਦਸਵਾਂ ਠੀਕ ਹੈ ਜੀ ਦਸ ਤੇ ਨੌ ਦਾ ਮੁਕਾਬਲਾ ਦਸ ਨੰਬਰ ਆ ਜਿਹੜੇ ਯੂਪੀ ਸ਼ਾਸਤਰੀ ਦੀ ਟੀਮ ਨੇ ਸੰਦੋਹ ਫਾਈਨਲ ਚ ਚਨੇਟੀ ਆ ਚਨੇਟੀ ਵੀਰੇ ਕੱਲੇ ਕੱਲੇ ਭਰਾ ਦਾ ਦਿਲੋਂ ਧੰਨਵਾਦ ਮੈਂ ਕਰਾਂਗਾ 10 ਨੰਬਰ ਆ ਯੂਪੀ ਸ਼ਾਸਤਰੀ ਦੀ ਟੀਮ ਔਰ 9 ਨੰਬਰ ਇਧਰਲੇ ਪਾਸੇ ਮੈਂ ਤੱਕ ਰਿਹਾ ਇੰਦਰੀ ਦੀ ਟੀਮ ਦੇ ਆ ਪਥਰੇੜੀ ਵਾਲਾ ਅੰਕਿਤ ਰਾਜਸਰ ਵਾਲਾ ਦੱਸਾਂ ਜੋੜੀ ਫੇਟਾ ਪੂਰੀ ਇਧਰ ਬਈ ਵਾਲੀ ਦਾ ਔਰ ਕਦੇ ਤਜਰਬਾ ਵੱਡਾ ਜਿਹੜੇ ਜਿਹੜੇ ਗਰਾਉਂਡਾਂ ਤੇ ਅੱਖ ਰੱਖੀ ਆ ਬਈ ਵਾਲ ਦੇ ਜੁੰਟੀ ਨੇ ਤੇ ਮੇਲੇ ਹੋ ਚੁੱਕੇ ਨੇ ਭਾਈ ਫਾਈਨਲ ਚ ਚਨੇਟੀ ਦੀ ਟੀਮ ਆ ਦੂਸਰਾ ਸੈਮੀ ਕੈਸੇ ਬਚੇਗਾ ਭਾਈ ਸਾਹਿਬ ਫਿਰ ਕਨਾਸੀ ਸੇ ਜੀਤ ਕੇ ਭਾਈ ਫਾਈਨਲ ਮੇ ਪਹੁੰਚ ਗਈ ਚਨੇਟੀ ਇਹ ਦੂਸਰਾ ਸੈਮੀ ਹੈ ਪੰਜਾਬ ਫੈਡਰੇਸ਼ਨ ਵਾਲੀਬਾਲ ਕੱਟੀ ਲਾਈਵ ਪੇ ਦੇ ਦੜੀਏ ਕੱਲੇ ਕੱਲੇ ਵੀਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਇੱਕ ਪੁਆਇੰਟ ਦਾ ਫਰਕ ਹੈ ਜੇ ਆਹ ਪੁਆਇੰਟ ਜੁੜ ਗਿਆ ਸਾਈਡਾ ਚੇਂਜ ਹੋ ਜਾਣਗੀਆਂ ਵੇਖਾਂਗੇ ਕਿਹੜਾ ਨੰਬਰ ਜੋੜ ਕੇ ਤੇ ਬੱਲੇ ਬੱਲੇ ਕਰਾਵੇਗਾ ਵੀ ਕੌਣ ਕੌਣ ਦਿੰਦਾ ਸਾਡੇ ਹੱਥ ਚ ਗਵਾਹੀ ਹੈ ਤੇ ਕੌਣ ਕੌਣ ਚਾਹੁੰਦਾ ਸਾਡੀ ਦੇਖਣ ਦੀ ਤਬਾਹੀ ਹੈ ਕਿਹਨੇ ਕਰਨੇ ਆ ਪਿੱਠ ਪਿੱਛੇ ਵਾਰ ਮਿੱਤਰਾਂ ਨੂੰ ਸਾਲ ਔਰ ਨਵੀਂ ਉਧਰੋਂ ਅਮਨ ਮਟਾਣ ਆਸਟ੍ਰੇਲੀਆ ਦਾ 2100 ਹੋ ਗਿਆ ਜੇ ਛੋਟੂ ਜੱਸੇ ਦੇ ਬਾਲ ਲਾ ਦੋਏ ਔਰ ਨਾਲ ਨਵੀਂ ਹਰੀ ਕੰਬੋਜ ਸੰਧਾਲੀ ਨੇ
ਸਤਾਰ ਭੇਜਿਆ ਵੱਡਾ ਧੰਨਵਾਦ ਹੈ। ਔਰ ਨਾਲ ਅਭਿਸ਼ੇਕ ਮੰਡਾਣ ਕਹਿੰਦਾ ਜੇ ਜੱਸਾ ਛੋਟੂ ਦੇ ਬਾਲ ਲਾ ਦੇਵੇ। ਓਕੇ ਓਕੇ ਜੀ ਵਿਜੇ ਮਲਿਕ ਜੀ 3200 ਹੋ ਗਿਆ ਲਈ 3100 ਦੇ ਨਾਲ ਮਾਨ ਸਨਮਾਨ 130 ਕਰਾਵਾਂਗੇ। ਬਿਲਕੁਲ ਬਿਲਕੁਲ ਤਸਵੀਰ ਗੱਡੀ ਹੈ ਦਿਲਸ਼ਾਦ ਬਾਲ ਉਧਰ ਜੀ ਜੱਸਾ ਦਿੱਤੇ ਜੇ ਜੱਸਾ ਦਿੱਤੇ ਨਾ ਵਰਿੰਦਰ ਤੇ ਵਿਜੇ ਮਲਿਕ ਕਿਉਂਕਿ ਉਹਨਾਂ ਦੇ ਵੱਲੋਂ 1100 ਰੁਪਇਆ ਰਾਜਸਰ ਦੇ ਜੱਸੇ ਦੇ ਲਈ ਦਿੱਤਾ ਜਾਵੇਗਾ। ਸੋ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਸਾਡੇ ਜਿੰਨੇ ਵੀ ਭਰਾ ਜੁੜੇ ਬੈਠੇ ਅੱਜ ਦੇ ਸਿੱਖੀ ਟੂਰਨਾਮੈਂਟ ਦੇ ਨਾਲ ਕੱਲੇ ਕੱਲੇ ਰਿੰਡ ਦਾ ਦਿਲ ਦੀਆਂ ਗਹਿਣਾ ਦਾ ਧੰਨਵਾਦ ਮੈਂ ਕਰਾਂਗਾ। ਔਰ ਲਕਸ਼ ਹੈ ਸਾਡੇ ਭਰਾ ਦਾ ਬਹੁਤ ਵੱਡਾ ਯੋਗਦਾਨ ਆ ਉਹ ਵੀ ਆ ਗਿਆ ਲਾਈਵ ਤੇ ਨਾ ਵੀ ਪੰਡਤਾਂ ਔਰ ਸੋਨਾ ਵੀਰਾ ਬੈਠਾ। ਮੈਂ ਤੈਨੂੰ ਪਹਿਲਾਂ ਵੀ ਕਿਹਾ ਵੀ ਹਾਜ਼ਰੀ ਤੇਰੀ ਜਿੱਥੇ ਹੁੰਦੀ ਆ ਤੇ ਗੱਲ ਇੱਕ ਸੂਤੀ ਬਣ ਜਾਂਦੀ ਹੈ ਦੋ ਪੰਡਾਂ ਦਾ ਫਰਕ ਹੈ। ਇੱਧਰਲੇ ਪਾਸੇ ਯੂਪੀ ਵਾਲੇ ਮੁੰਡੇ ਆ ਨੰਬਰ 12ਵਾਂ ਜੋੜਨ ਦੇ ਲਈ ਗੱਭਰੂ ਕਹਿੰਦੇ ਤਿਆਰ ਬਰ ਤਿਆਰ ਨਹੀਂ ਵੀ ਮੁੜ ਕੇ ਮੁੜ ਕੀ ਹੋ ਗਿਆ 11-9 ਹੈ ਬਾਈ 11 ਯੂਪੀ 9 ਇੰਦਰੀ ਤੇ ਪੰਡਾਂ ਦੀ ਵੀ ਚੁੱਪ ਦਾ ਜਿਸਮਤ ਠੋੜ ਚੋਬਰਾਂ ਦਾ ਤੇ ਚੜੀ ਜਵਾਨੀ ਕਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਛੋਲੇ ਮਰਦ ਮਗਾਨੋ ਡਰ ਕੇ ਨਹੀਂ ਭੱਜਦੇ। ਇੱਧਰ ਬਈਆ ਵਾਲਾ ਵੀ ਖੇਤਾ ਮਾਜਰਾ ਵਾਲਾ ਗਲਤੀ ਨਹੀਂ ਕਰਦਾ ਤੇ ਕਲਾਕਾਰ ਤੇ ਅੱਜ ਰੱਜ ਕੇ ਖੱਜਲ ਕਰੀ ਤੁਰਿਆ ਆਉਂਦਾ ਮੁੰਡਿਆਂ ਨੂੰ ਨਾਰੀ ਭੂਰਿਆ ਫੜਦਾ ਤਿਆਰੀ ਤੋਂ ਵੀ ਮੋਟਰਸਾਈਕਲ ਜਿੱਤਿਆ ਆਕਸੀਜਨ ਹਾਲ ਦੇ ਵੱਡੇ ਕੱਪ ਦੋ ਪਰ ਜੇ ਅੱਜ ਮੈਂ ਜਿੱਤ ਕੇ ਦਿਖਾਵੇ ਤੇ ਗੱਲ ਜਿਹੜੀ ਵੱਡੀ ਬਣ ਜੂਗੀ ਮੈਂ ਤੇ ਤਗੜਾ ਦੁਨੀਆ ਕਹਿੰਦੇ ਵੱਡੀ ਗੰਦੀ ਕੀ ਜੁੜੀ ਬੈਠੀ ਹੈ ਨਾਰੀ ਜੀ ਕਰੀ ਗੱਲ ਮੁਕਾਬਲਾ ਤਗੜਾ ਖੇਡਿਆ ਜਾ ਰਿਹਾ ਉਹ ਕਹਿੰਦੇ ਮੁਕਾਬਲਾ ਤਗੜਾ ਖੇਡਿਆ ਜਾ ਰਿਹਾ ਹੈ। ਉਧਰਲੇ ਪਾਸੇ ਬਾਈ ਹੈ ਸਾਡਾ ਅਭਿਸ਼ੇਕ ਮੰਡਾਣ ਰੁਪਈਆ ਕਹਿੰਦਾ 3100 ਕਹਿੰਦਾ ਦੇ ਦੇਣਾ ਜੇ ਛੋਟੂ ਜੱਸੇ ਦੇ ਲਾ ਦੇਵੇ ਬਾਲ ਜਾਂ ਫਿਰ ਜੱਸਾ ਛੋਟੂ ਦੇ ਲਾ ਦੇਵੇ ਆ ਗੱਲ ਦੋਹਾਂ ਦੀ ਆ ਬਰਾਬਰੀ ਦੀ ਆ। ਔਰ ਬੱਲੇ ਬੱਲੇ ਬੰਦੇ ਉਧਰਲੇ ਪਾਸੇ ਜੋ ਤੈਨੂੰ ਦੁਨੀਆ ਪ੍ਰਿੰਸ ਕਹਿੰਦੀ ਹੈ ਭਾਬਾ ਵਾਲਾ ਨਹੀਂ ਆਇਆ ਵੀਰੇ ਨਹੀਂ ਆਇਆ ਜੀ ਕਹਿੰਦੇ ਕੁਮਾਰ ਦੀ ਸਮਾਈ ਜਿਹੜੀ ਲਾ ਗਿਆ ਹੈ ਬਾਕੀ ਕਹਿੰਦੇ ਰਿਕਾਰਡ ਬੋਲਦੇ ਆ ਖੇਡ ਬੰਦੀ ਬੰਦੀ ਬਿੱਲੀ ਦੀ ਕੋਈ ਪਹਿਲੀ ਖੇਡ ਰੱਖੂ ਨਹੀਂ ਹੈ ਤੇ ਬਈਆ ਦੇ ਜੰਤ ਨਹੀਂ ਜਿੱਤ ਗਏ ਔਰ ਕਹਿੰਦੇ ਆਪਣੇ ਨਾਮ ਦੀ ਬੋਲ ਉਹ ਕੀ ਤੇ ਲਾਈ ਹੈ ਕਿਸੇ ਵੀ ਕੋਈ ਵੱਡੀ ਚੀਜ਼ ਰੱਖੀ ਦੀ ਦਰਸ਼ਕਾਂ ਦੇ ਲਈ ਤੇ ਮਾਨ ਕਹਿੰਦੇ 13-9 ਹੋ ਗਏ ਵੀਰੇ 13 ਯੂਪੀ 9 ਇੰਦਰੀ ਤੌਬਾ ਕਰ ਜਾਂਦੇ ਆਪਾਂ ਉੱਥੋਂ ਸ਼ੁਰੂਆਤ ਕਰੂਗੀ ਤੇ ਕਰ ਦਿੱਤੇ ਢੇਰ ਆਪਾਂ ਚਿੱਟਿਆ ਬਿਨਾਂ ਚ ਬਈ ਚਿੱਟੀ ਕਾਲੀ ਬੋਲੀ ਰਾਤ ਕਰੀਦੀ ਹੈ ਸਰੇੜੀ ਵਾਲਾ ਆਊ ਸੈਂਟਰ ਚ ਮੈਨੂੰ ਲੱਗਦਾ ਹੈ ਸਰੇੜੀ ਵਾਲਾ ਆਊ ਸੈਂਟਰ ਚ ਬੋਲਦੇ ਕਿ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਹਉ ਸਾਡੇ ਬੱਲਿਆਂ ਰਿਕਾਰਡ ਹੋਣਦੇ ਆ ਹਾਂਜੀ ਬਾਈ 13-9 ਹੋ ਗਏ 13-9 13 ਹੋ ਗਏ 13 ਤੁਸੀਂ ਨੇੜੇ ਬੈਠੇ ਹੋ ਕਹਿਣ ਸੌਖਾ ਵੀਰੇ 13-9 ਹੋ ਗਏ ਵੀਰੇ ਬਿਲਕੁਲ ਜੀ ਨਿਰਭੈ ਧਾਲੀ ਵਾਲ ਕਰਮਗੜ ਵਧੀਆ ਵਧੀਆ ਯਾਰ ਕਿਵੇਂ ਨਿਰਭੈ 13-9 ਜੀ ਬਾਲ ਉਧਰ ਵਿਜੇ ਮਲਿਕ ਜੀ ਸਾਡਾ ਭਰਾ ਕਹਿ ਰਿਹਾ ਵੀ ਜੱਸੇ ਦਾ ਟੱਪਾ 1100 ਦਾ ਦੇਗਾ ਜੱਸੇ ਦਾ ਟੱਪਾ ਧਰਤੀ ਦੀ ਇੱਕ ਤੇ ਟੱਪਾ ਪੈ ਜਾਵੇ ਰੁਪਈਆ 1100 ਦਿੱਤਾ ਜਾਣਾ ਬਹੁਤ ਬਹੁਤ ਸ਼ੁਕਰੀਆ 13-9 ਹੈ ਔਰ ਨਾਲ ਉਧਰੋਂ ਵੀਰ ਹੈ ਸਾਡਾ 13 ਯੂਪੀ 9 ਇੰਦਰੀ ਉਹ ਬਾਈ ਕਹਿੰਦਾ ਹੈ ਜੇ ਸ਼ਾਸਤਰੀ ਡਰੋਪ ਗਿਰ ਗਏ ਪੁਆਇੰਟ ਲੈਂਦਾ 1100 ਦਿੱਤਾ ਜਾਣਾ ਬਈ ਬੰਦਾ ਬੰਦੇ ਨੂੰ ਜੇ ਮਿਲੇ ਔਰ ਸਦਾ ਪਿਆਰ ਨਾਲ ਮਿਲੇ ਔਰ ਰੋਟੀ ਹੱਕ ਦੀ ਹੀ ਚੰਗੀ ਤੇ ਭਾਵੇਂ ਚਾਰ ਨਾਲ ਮਿਲੇ ਇਹ ਮਿੱਕੀਆਂ ਦੀ ਇੱਕੀਆਂ ਦੀ ਵੀਰੇ ਉਸੇ ਤੇ ਨਾਲ ਬਾਈ ਗਗਨ ਵੀ ਉਸੇ
ਜੱਸਾ ਚੌਂਟੀ ਤੇ ਔਰ ਚੌਂਟੀ ਜੱਸੇ ਤੇ ਜੇ ਬਾਲ ਲਾ ਕੇ ਨੰਬਰ ਧੰਨਵਾਦ ਦਿਲ ਤੋਂ ਜੀ ਬਾਬੇ ਕੋਲੇ ਆਉਣ ਦੋ ਬਾਲ ਤਾਂ ਫਿਰ ਵਿਦੇ ਕਰ ਦਿਆਂਗੇ ਪਾਸ ਆਪਾਂ ਕੰਮ ਬਾਬਿਆਂ ਕੋਲੇ ਚੱਲ ਕੇ ਆਉਣਾ ਪੈਂਦਾ ਨਾ ਬਈ ਪਹਿਲਾਂ ਚੌਦਾਂ ਤੇ ਨੌ ਨਵੀਂ ਪਥਰੇੜੀ ਵਾਲਿਆ ਹੁਣ ਤੇ ਤਗੜਾ ਹੋਣਾ ਪੈਣਾ ਮਿੱਤਰਾ ਨੰਬਰ ਓਕੇ ਓਕੇ ਵਿਜੇ ਮਲਕ ਜੀ ਪੰਜ ਦੀ ਲੀਡ ਕਰ ਗਏ ਮੁੰਡੇ ਯੂਪੀ ਵਾਲੇ ਔਰ ਉਧਰ ਆਕਾਸ਼ ਰਾਣਾ ਕਹਿੰਦਾ ਹੈ ਜੇ ਸ਼ਾਸਤਰੀ ਕਲਾਕਾਰੀ ਕਰਕੇ ਪੁਆਇੰਟ ਲੈ ਜਾਵੇ ਡ੍ਰੋਪ ਗੇਰ ਕੇ ਪੁਆਇੰਟ ਲੈ ਜਾਵੇ 1100 ਦੇ ਨਾਲ ਮਾਣ ਹੋਣਗੇ ਯੂਪੀ ਸ਼ਾਸਤਰੀ ਦੇ ਐਂਡ ਕਹਿੰਦੇ ਗੱਲਾਂ ਬਾਤਾਂ ਲੱਗੀਆਂ ਹੋਈਆਂ ਨੇ ਟਿਕਾਣੇ ਆ ਕਿ ਬਈ ਰੰਗ ਦੀਆਂ ਦੁਖੀਆਂ ਹੋ ਜਿਤਾ ਦੇਣ ਬਾਜੀਆਂ ਬਈ ਹੱਥਾਂ ਵਿੱਚ ਖੜੇ ਪੋਹੇ ਹੋ ਯੱਕੇ ਹੁੰਦੇ ਆ ਕੱਚਿਆਂ ਘਰਾਂ ਦੇ ਵਿੱਚ ਰਹਿਣ ਵਾਲਿਆਂ ਦੇ ਰੰਗ ਤੇ ਇਰਾਦੇ ਬਹੁਤ ਪੱਕੇ ਹੁੰਦੇ ਆ ਉਧਰੋਂ ਗੋਲੂ ਸ਼ਰਮਾ ਕਨੇਡਾ ਵੀ ਲਾਈਨ ਦੇ ਨਾਲ ਜੁੜਿਆ ਬੈਠਾ ਉਧਰਲੇ ਪਾਸੇ ਵਿਜੇ ਮਲਕ ਜੀ ਤੋਂ ਦੱਸਾਂ ਦਿੱਤੇ ਤੇ ਚਾਂਗਲੀ ਪਿੰਡ ਦੇ ਬਰਿੰਦਰਦਾਰ ਨਾਲ ਦੱਸੇ ਦਾ ਸਨਮਾਨ 1100 ਦੀ ਨਕਦ ਰਾਸ਼ੀ ਦੇ ਨਾਲ ਰਾਜੂ ਮਾਣੂ ਕੇ ਗਿੱਲ ਕੀ ਵਾਲਾ ਯਾਰ ਰਾਜੂ ਮਾਣੂ ਕੇ ਗਿੱਲ ਵਾਲਾ ਵੀ ਲਾਈਵ ਆ ਗਿਆ ਬਹੁਤ ਸਵਾਗਤ ਆ ਜੀ ਠੀਕ ਆ ਰਾਜੂ ਬਾਈ 15-9 ਪੁਆਇੰਟ ਹੋ ਗਏ ਜੀ 15 ਯੂਪੀ 21 ਦਾ ਮੈਚ ਆ ਜੇ ਮੈਚ ਬਹੁਤ ਪਿਆ ਬਾਈ ਤੇ ਮੁੰਡਿਆਂ ਨੇ ਮੈਚ ਦਾ ਹੁਣ ਤੇ ਇੱਕ ਪਾਸਾ ਵੀ ਕਰ ਦਿੱਤਾ ਪਥਰੇੜੀ ਵਾਲਿਆ ਔਰ ਥੋੜਾ ਧਿਆਨ ਕਰਨਾ ਪਊਗਾ ਇਧਰਲੇ ਪਾਸੇ 15 ਨੇ ਉਧਰ ਪਰ ਸਾਹਮਣੇ ਕਮਾਲ ਮੇਰੇ ਮਿੱਤਰ ਖੇਡ ਦੇ ਮੈਦਾਨ ਦੇ ਵਿੱਚ 9 ਦੇ 15 6 ਪੁਆਇੰਟਾਂ ਦਾ ਕਹਿੰਦੇ ਫਰਕ ਹੈ ਬਾਬੇ ਕੋਲੇ ਨਹੀਂ ਆਉਂਦੀ ਬਾਲ ਔਰ ਲੈ ਵੀ 9-15 ਪੁਆਇੰਟ ਆ ਜੀ 9-15 ਵੀਰੇ ਆਸਟ੍ਰੇਲੀਆ ਸਾਰੇ ਭਰਾ ਸ਼ੇਅਰ ਜ਼ਰੂਰ ਕਰੀ ਚਲੋ ਸਾਰੇ ਵੀਰ ਵੀਰੇ ਜਿਹੜਾ ਵੀ ਕੋਈ ਮੁੰਡਾ ਇੰਦਰੀ ਦੀ ਟੀਮ ਨੂੰ ਜਿਤਾ ਦੇਵੇ ਅੱਜ ਜਿਹੜਾ ਵੀ ਕੋਈ ਪਲੇਅਰ ਇੰਦਰੀ ਦੀ ਟੀਮ ਨੂੰ ਜਿਤਾਉਂਦਾ ਹੈ 3100 ਕਮਾਲ ਕਰ ਦਿੱਤੀ ਹੈ ਲਾਵੀ ਰਾਇਸਰ ਵਾਲਾ ਨੰਬਰ ਦੌੜਨਾ ਉਹ ਕੋਈ ਬੰਦਾ ਫੇਰੇ ਮਾਰਨਾ ਉਹਦੇ ਕਮਾਲ ਹੀ ਕਰਤੀ ਹੈ ਚੋਬਰ ਨੇ ਉਹ ਕਹਿੰਦੇ ਚੋਟੀ ਦਾ ਨੰਬਰ ਦੌੜ ਦਿੱਤਾ ਆਪਣੀ ਟੀਮ ਦੇ ਲਈ ਜੀ ਜੇ ਜੱਸਾ ਜਿੱਤੇ 3100 ਵਰਿੰਦਰ ਭੂਦਨ ਆਸਟ੍ਰੇਲੀਆ ਜੱਸਾ ਜਿੱਤੇ 3100 ਵਰਿੰਦਰ ਭੂਦਨ ਆਸਟ੍ਰੇਲੀਆ ਉਧਰ ਭਰਾ ਸਾਡਾ ਵਰਿੰਦਰ ਭੂਦਨ ਆਸਟ੍ਰੇਲੀਆ ਵਾਲਾ ਕਹਿੰਦਾ ਵੀ ਜੇ ਜੱਸਾ ਜਿੱਤੇ ਤੇ ਰੁਪਈਆ ਆਪਾਂ 3100 ਦੇਵਾਂਗੇ ਮਾਣ ਜਿਹੜੇ ਵੱਡੇ ਕੀਤੇ ਜਾਣਗੇ ਨੰਬਰ 10 ਨਾਲ ਜੁੜ ਗਿਆ 10-15 ਹੋ ਗਏ 10-15 ਵੀਰੇ ਅਜੇ ਦਾ ਬਾਲਾ ਕੁਛ ਹੋਣਾ ਮੈਚ ਬਈ ਆਪਣੀ ਟੀਮ ਦੇ ਲਈ ਸ਼ੇਅਰ ਸਾਰੇ ਭਰਾ ਖਿੱਚ ਕੇ ਕਰੀ ਚਲੋ ਗੁਰਲਾਲ ਜੈਮਰ ਸਿੰਘ ਵਾਲੇ ਪਿੰਡ ਤੋਂ ਕੱਲ ਕਹਿੰਦੇ ਪੱਖੇ ਕਹਿੰਦੇ ਵੱਡੇ ਕੱਪਦੇ ਵੱਡੀ ਸਹੂਲਤ ਮਿਲੀ ਵੀਰ ਨੂੰ ਔਰ ਕਹਿੰਦੇ ਮਾਣ ਹੋਏ ਆ ਭਰਾ ਸਾਡੇ ਦਾ ਵਿਸ਼ੇਸ਼ ਕਰਦੇ ਮੈਂ ਧੰਨਵਾਦ ਕਰਾਂਗਾ ਔਰ ਜਿੰਨੇ ਵੀ ਭਰਾ ਜੋੜੇ ਬੈਠੇ ਆ 700 ਤੋਂ ਉੱਪਰ ਗਿਣਤੀ ਆ ਲਾਈਵ ਜਿੰਨੇ ਵੀਰ ਦੇਖ ਰਹੇ ਨੇ ਕੱਲੇ ਕੱਲੇ ਭਰਾ ਦਾ ਮੈਂ ਤੇ ਵਿਸ਼ੇਸ਼ ਕਰਦੇ ਧੰਨਵਾਦ ਕਰਾਂਗਾ 10-15 ਜੀ ਔਰ ਲਵੀ
ਨਾਲ ਪਟੌਦੀ ਪਿੰਡ ਵਾਲਾ ਆਸ਼ੂਤੋਸ਼ ਵੀ ਜੁੜ ਗਿਆ ਲਾਈਵ ਦੇ ਨਾਲ। ਔਰ ਵੀਰ ਸਾਡਾ ਅਮਨ ਕਹਿੰਦਾ ਵੀ ਰੁਪਈਆ ਕਹਿੰਦਾ 3100 ਕਰ ਦਿਓ ਜੇ ਦੀ ਸਿੰਗਲ ਐਂਡ ਲੱਗ ਗਈ ਦੱਸੇ ਦੀ 11-15 ਬਹੁਤ ਬਹੁਤ ਧੰਨਵਾਦ ਤਗੜੀ ਮਰੀ ਆ ਤਾਂ ਰੈਸਰ ਵਾਲੀ ਤੋਪ ਨੇ ਆਉਣ ਦੋ ਅੱਕ ਮੜੀ ਦੀ ਵੀਰੇ ਯੂਪੀ ਚ ਸੈਂਟਰ ਜੌਂਟੀ ਬਈਏ ਵਾਲ 11 ਹੋ ਗਏ ਕਿ 12 ਹੋ ਗਏ 11-15 ਨਾ 11-15 ਵੀਰੇ ਸੈਮੀ ਫਾਈਨਲ ਆ ਜੱਸੂ ਚਹਿਲ ਜੀ ਸੈਮੀ ਫਾਈਨਲ ਆ ਜੀ 11-15 ਹੋ ਗਏ ਔਰ ਲਵੀ ਅਮਨ ਭੰਡਾਰ ਖੁਖਣੀ ਵਾਲੇ ਦੀ ਇੱਕ ਫਰਮਾਇਸ਼ ਹੈ ਲਵੀ ਜੱਸਿਆ ਦੇ ਛੋਟੂ ਦੇ ਨਾਲ ਸੁਖਜਿੰਦਰ ਵੈਲਕਮ ਵੈਲਕਮ ਜੀ ਸੁੱਖਾ ਗਿਲ ਦੀ ਵਾਲੀ ਆ ਜੀਤ ਰੋਪੜ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਜੀਤ ਰੋਪੜ ਜੀ ਗੱਲ ਪੱਕੀ ਹੈ ਵੀਡੀਓ ਮੇਰੇ ਦੋਹੇ ਫੋਨ ਬੀਜੀ ਇੱਕ ਤੋਂ ਮੈਂ ਕਮੈਂਟ ਪੜ੍ਹੀ ਜਾਂਦਾ ਕਮੈਂਟ ਇਹਦੇ ਰੁਕਦੇ ਆ ਲਾ ਪ੍ਰੀਵਰੇ ਦੂਜੇ ਤੇ ਓਕੇ ਓਕੇ ਜੀ ਸੰਦੀਪ ਗੋਇਲ ਜੀ 12-15 ਹੋ ਗਏ ਵਿਜੇ ਮਲਿਕ ਜੀ ਬਿਲਕੁਲ ਬਿਲਕੁਲ ਜੀ 12-15 ਵੀਰੇ ਸੰਦੀਪ ਗੋਇਲ ਲਾਲਿਆਂ ਵਾਲੀ ਵੈਲਕਮ 1000 ਬੰਦਾ ਤਾਂ ਚਾਹੀਦਾ ਸ਼ੇਅਰ ਕਰੋ ਸਾਰੇ ਵੀਰ ਵੀਰੇ ਹੋ ਗਈ ਅਨਾਉਂਸਮੈਂਟ 2100 ਕਰਤਾ ਦਿਲਸ਼ਾਦ ਨੇ ਕਰਤੀ ਅਨਾਉਂਸਮੈਂਟ ਵਿਜੇ ਵੀਰੇ ਦਿਲਸ਼ਾਦ ਮੈਂ ਤਾਂ ਦੂਰ ਆ ਵੈਸੇ ਲਾਈਵ ਦੇਖੀ ਜਾਂਦਾ ਵੀਰੇ ਕਰ ਦਿੰਦੇ ਆ ਅਨਾਉਂਸਮੈਂਟ ਦਿਲਸ਼ਾਦ ਨੇ ਆਪਣੇ ਆਪ ਕਿਉਂਕਿ ਉਹਦੇ ਰੇਂਜ ਹੈ ਨੀ ਗਰਾਊਂਡ ਚੇਂਜ ਕਰਨਾ ਪਿਆ ਵੀਰੇ ਧੁੱਪ ਦੀ ਵਜ੍ਹਾ ਨਾਲ ਨਾ ਓਕੇ ਓਕੇ ਰਮਨ ਨਾਗਰਾ ਜੀ ਸਿਵਮ ਕੰਬੋਜ ਵਾਲਾ ਲਾਈਵ ਦੇਖ ਸਿਵਮ ਕੰਬੋਜ ਵਾਲਾ ਨਾਲੇ ਸੰਜੀਵ ਗੋਇਲ ਲਾਲਿਆਂ ਵਾਲੀ ਰਮਨ ਨਾਗਰਾ 3 ਕਮੈਂਟ ਨੇ ਸਕੀਮ ਵਾਲੇ ਸਿਵਮ ਕੰਬੋਜ ਮੈਂ ਤੇ ਸ਼ੁਕਰੀਆ ਦਾ ਕਰਾਂਗਾ ਪਾਸੇ ਕਾਸੂ ਦੇ ਗੋਲਾ ਸ਼ਹਿਬਾਦ ਵੀ ਆ
ਕਿਹੜਾ ਕਹਿਣ ਲੱਗ ਪਏ। ਮੈਂ ਵੀ ਵਰਿੰਦਰ ਤੈਨੂੰ ਚੇਤੇ ਕਰਦਾ ਹੈ, ਸ਼ਹਿਬਾਜ ਔਲਖ ਕਾਸੂ ਬੇਬੂ ਕੰਬੋਜ ਯੂ ਐਸ ਏ ਵਾਲਾ ਕਮੈਂਟ ਚੈੱਕ ਕਰੀ। ਸੇਵਮ ਕੰਬੋਜ ਯੂ ਐਸ ਏ ਜੱਸਾ ਸੋਡੂ ਤੇ ਬਾਲ ਲਾਏ 1100 ਗਗਨ ਯੂ ਐਸ ਏ ਸਾਰੇ ਭਰਾ ਸ਼ੇਅਰ ਜ਼ਰੂਰ ਕਰੀ। ਚਲੋ ਵੀਰੇ 12-15 ਪੁਆਇੰਟ ਆ ਜੀ, 12 ਇੰਦਰੀ ਜੱਸੇ ਰੈਸਰ ਦੇ ਅੰਕ ਮਲੇੜੀ ਦੇ 12, 15 ਯੂਪੀ ਸੱਤਾ ਚੱਕ ਲਾ ਕੈਨੇਡਾ ਬਾਬਾ ਸਵਾਗਤ ਆ ਜੀ, ਸੱਤਾ ਚੱਕ ਲਾ ਜੀ, ਪੁਆਇੰਟ 12-15 ਜੀ। ਔਰ ਨਾਲ ਨਵੀਂ ਜੱਸਿਆ ਜੇ ਛੋਟੂ ਦੇ ਬਾਲ 12 ਜੱਸਾ ਰੈਸਰ ਅੰਕਿਤ ਪਥੇੜੀ ਇੰਦਰੀ ਟੀਮ ਦੇ, 15 ਯੂਪੀ ਜੌਂਟੀ ਵਰਗਿਆਂ ਦੇ, ਛੋਟੂ ਵਰਗਿਆਂ ਦੇ 15 ਨੇ ਜੀ। 21 ਦੀ ਗੇਮ ਆ ਬਾਈ, ਪਰ ਇਹਨਾਂ ਦੀ ਟੱਕਰ ਹੋਣੀ ਚਾਹੀਦੀ ਹੈ। ਆ ਵੀ ਸਵਾਦ ਚਾਹੁੰਦੀ ਆ ਦੁਨੀਆ ਅੱਜ ਦੇ ਇਸ ਵੱਡੇ ਖੇਡ ਮੇਲੇ ਦੇ ਨਾਲ। ਨਵੀਂ ਪਥਰੇੜੀ ਵਾਲੇ ਨੇ ਪਿਛਲੇ ਹਫ਼ਤੇ ਦੇ ਵਿੱਚ ਸੁਖਦੇਵ ਪੁਲਸੀਆ ਵੈਲਕਮ ਜੀ, ਔਰ ਅੱਜ ਵੀ ਦੇਖੀ ਸ਼ਾਸਤਰੀ ਆ ਮੁੰਡਾ ਕਿਤੇ ਆ। ਓਕੇ ਓਕੇ ਵਿਜੇ ਮਲਕ ਜੀ, ਪਿਛਲੇ ਹਫ਼ਤੇ ਦੇ ਵਿੱਚ ਵੀ ਆ ਜੱਸੇ ਦੀ ਬਾਲ ਤੇ ਕੋਈ ਜੇਕਰ ਬਾਲ ਲਾ ਦੇਵੇ, ਜੱਸੇ ਦੀ ਸ਼ਾਨ ਨੂੰ ਜੇ ਕੋਈ ਸ਼ਾਨ ਲਾਵੇ, ਜੱਸੇ ਦੀ ਪਰ ਬਾਲ, ਜੱਸੇ ਦੀ ਪਰ ਬਾਲ 500, ਪਰ ਬਾਲ 500 ਵੀ ਹੈ, ਕਮਾਲ ਹੈ ਜੱਸੇ ਦੀ ਹਰ ਇੱਕ ਬਾਲ 500 ਦੀ। ਯਾਰ ਜੱਸੇ ਦੀ ਜੰਟੀ ਦੇ ਬਾਲ 2100 ਦੀ ਹੈ, ਜੇ ਜੱਸਾ ਜੰਟੀ ਦੇ ਬਾਲ ਲਾ ਦੇਵੇ। ਗੁਰਮੁਖ ਭੋਜੋ ਵਾਲੀ ਵਧੀਆ ਵਧੀਆ ਗੁਰਮੁਖ ਬਾਈ, ਸ਼ੇਅਰ ਜ਼ਰੂਰ ਕਰੀ। ਚਲੋ ਸਾਰੇ ਵੀਰ ਵੀਰੇ, 850 ਬੰਦਾ ਤਕਰੀਬਨ ਲਾਈਵ ਤੇ, ਟਾਈਮ ਥੋੜਾ ਜਿਹਾ ਗਲਤ ਹੈ ਤੇ 1000 ਬੰਦਾ ਹੋ ਜੇ ਤਾਂ ਸਵਾਦ ਆ ਜਾਣਾ ਬਾਈ। ਹੋਰ ਵੀ ਮੈਚ ਦਾ ਇਹ ਹੋਣਾ ਤੈਅ ਸਦਾ, ਜੇ ਸ਼ੇਅਰ ਕਰੋਗੇ ਸਾਰੇ ਭਰਾ, ਸ਼ੇਅਰ ਤੇ ਸਪੋਰਟ ਜ਼ਰੂਰ। ਪੁਆਇੰਟ ਵੀਰੇ 15-12, 15 ਯੂਪੀ, 12 ਇੰਦਰੀ। ਸੋਲਾਂ ਬਾਰਾਂ ਵੀਰੇ, 2100 ਦਿਲਸ਼ਾਦ ਆਊਗਾ, ਮੈਨੂੰ ਪਤਾ ਹੀ ਨਾ ਟਾਈਮ ਦੀ ਕਮੈਂਟ ਪੜ ਦਾ। 16-12 ਹੋ ਗਏ, 16 ਬਿਲਕੁਲ ਜੀ, ਮਾਨ ਸਨਮਾਨ ਕਰਨ ਵਾਲੇ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ, ਤਰਸੇ ਪ੍ਰਧਾਨ ਨੱਥੂ ਵਾਲੀਏ ਦਾ ਵੀ ਬਾਈ, ਆਪਾਂ ਨੇ ਸਾਰਿਆਂ ਨੇ ਜ਼ਰੂਰ ਵਧੀਆ ਵਾਲਾ ਮਾਨ ਸਨਮਾਨ ਜਿਹੜਾ ਕਰਨਾ ਹੈ। 16 ਹੋ ਗਏ, ਬਿਲਕੁਲ ਬਿਲਕੁਲ ਵੀਰੇ, 16-12 ਹੋ ਗਏ ਜੀ, 21 ਦੀ ਗੇਮ ਆ ਬਾਈ। ਸ਼ਾਮ ਤੋਂ ਲੈ ਕੇ ਦੇਖ ਲਓ, ਹੁਣ ਵੀ ਆ, ਹੁਣ ਤਾਂ ਹੀ ਵੀ ਔਰ ਫਾਈਨਲ ਤੱਕ ਵੀ ਆ। ਪਾਣੀ ਦੀ 21 ਦਾ ਮੈਚ, 21 ਦਾ ਮੈਚ ਵੀਰੇ, ਜੱਸੇ ਦੀ ਪਰ ਬਾਲ
500 ਦੀ ਔਰ ਨਾਲ ਉਹਨੇ 500 ਚਾਂਗਲੀ ਪਿੰਡ ਦੇ ਵਰਿੰਦਰ ਦੇ ਲਈ ਦਿੱਤੇ ਜਾਣਗੇ। ਵਿਜੇ ਮਲਕ ਯੂਕੇ ਚਾਂਗਲੀ ਪਿੰਡ ਦੇ ਵਰਿੰਦਰ ਦੇ ਲਈ ਵੀ ਉਹਨੇ 500 ਔਰ ਜਿੰਨੀਆਂ ਦਸਾਂ ਬਾਲਾਂ ਮਾਰ ਕੇ ਨੰਬਰ ਜੋੜੇਗਾ ਹੁਣ ਤੋਂ ਇਧਰ ਸਕੀਮ ਲਾਗੂ ਹੈ। ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ। ਉਧਰ ਤਕਰੀਬਨ 800 ਦੇ ਕਰੀਬ ਬੰਦਾ ਜਿਹੜਾ ਸ਼ੇਰੇ ਪੰਜਾਬ ਫੈਡਰੇਸ਼ਨ ਵਾਲੀਬਾਲ ਕੱਚੀ ਲਾਈਵ ਕੇ ਦੇ ਜ਼ਰੀਏ ਜੁੜਿਆ ਬੈਠਾ ਹੈ। ਵਿਸ਼ੇ ਤੌਰ ਦੇ ਧੰਨਵਾਦ ਨਾਲ ਹਰਿਆਣਾ ਯੂਪੀ ਵਾਲੀਬਾਲ ਛੋਟੀ ਪੇਜ ਇਹਨਾਂ ਪਿੰਡਾਂ ਦੇ ਵਿੱਚ ਉੱਠ ਕੇ ਭਰਾ ਨੇ ਬਹੁਤ ਵੱਡੀ ਮਿਹਨਤ ਕੀਤੀ ਹੈ ਇੱਕ ਇੱਕ ਕਰਕੇ ਆਪਣੇ ਨਾਲ ਕੈਨੇਡਾ ਤੋਂ ਧੰਨਵਾਦ ਜੀ। ਨਾਗਰਾ ਸਾਹਿਬ ਸਕੋਰ ਲੱਗ ਗਿਆ 17 ਹੋ ਗਏ ਵੀਰੇ 17-12 ਜੀ 17-12 ਯੂਪੀ 12 ਇੰਦਰੀ 21 ਦਾ ਮੈਚ ਆ ਜੀ 17-12 ਦਿਲਸ਼ਾਦ ਕਮੈਂਟ ਚੈੱਕ ਕਰੀ 21 ਦਾ ਮੈਚ ਆ ਬਿਲਕੁਲ ਵੀਰੇ 21 ਦਾ ਮੈਚ ਆ ਜੀ ਕਰੀ ਚਲੋ ਸ਼ੇਅਰ ਸਾਰੇ ਭਰਾ ਵੀਰੇ 12-17 ਪੁਆਇੰਟ ਆ ਜੀ 12-17 ਮਿੱਤਰਾ ਫਿਰ 4100 ਦੇ ਨਾਲ ਮਾਨ ਸਨਮਾਨ ਹੋਣਗੇ। ਅਮਨ ਮੰਡਾਣ ਫੁੱਕਦੀ ਆਸਟ੍ਰੇਲੀਆ ਵੱਲੋਂ ਸਾਗਰ ਕੁਮਾਰ ਬਾਈ ਟੂਰਨਾਮੈਂਟ ਹੋ ਰਿਹਾ ਸੰਧਾਲੀ ਗਾਉਂ ਹੈ ਜੀ ਜਮਨਾ ਨਗਰ ਕੇ ਪਾਸ। ਓਕੇ ਜੀ ਵਿਜੇ ਜੀ ਸ਼ੇਅਰ ਸਾਰੇ ਭਰਾ ਜ਼ਰੂਰ ਕਰੋ ਜੀ 12-17 ਕਰੀ ਚਲੋ ਸ਼ੇਅਰ ਸਾਰੇ ਭਰਾ ਵੀਰੇ ਖਿੱਚ ਕੇ ਜੇ ਜੀ ਦਿਲਸ਼ਾਦ ਕਮੈਂਟ ਛੱਡ ਜਾਂਦਾ ਬਿਜਲੀ ਫਿਰ ਗੱਲਾਂ ਹੋਰ ਹੋਣਗੀਆਂ ਹੋਰ ਨਾਲ ਉਧਰਲੇ ਪਾਸੇ ਦਸਾਂ ਦੇ ਬੰਟੀ ਦੇ ਬਾਲ ਮਾਰ ਕੇ ਥਾਪੀ ਮਾਰ ਦੇਵੇ ਤੇ ਵਿਜੇ ਮਾਰ ਕੇ ਯੂਪੀ ਪਹਿਲਾਂ ਭਰਾ ਨੇ 5100 ਲਾਇਆ ਤੇ ਹੁਣ ਆਪਾਂ 11000 ਦੇਵਾਂਗੇ। ਇੱਕ ਵਾਰੀ ਤਾਲੀ ਮਾਰ ਦੋ ਜ਼ੋਰਦਾਰ 11000 ਦਿੱਤਾ ਜਾਣਾ
ਇਹ ਦਸਾਂ ਚੌਂਟੀ ਦੇ ਨਾਲ ਮਾਰ ਕੇ ਥਾਪੀ ਮਾਰ ਦੇਵੇ। ਉਧਰ ਕੋਟ ਭਾਈ ਵਾਲਾ ਵਿਸ਼ੇਸ਼ ਸਾਡਾ ਵੀਰ ਜਾ ਦੱਸਿਆ ਰੁਪਈਆ 1100 ਪਹਿਲੀ ਵਾਰ ਲਾ ਦੀ ਜੌਂਟੀ ਨੇ ਵੀਰੇ, ਪਹਿਲੀ ਵਾਰ ਜੌਂਟੀ ਨੇ ਤਗੜੀ ਲਾ ਦੀ ਹੈ। 17-13 ਸਰਵ ਫੇਰ ਦੀਆਂ ਜਾ ਵੀਰੇ, ਇੱਕੀਆਂ ਦੀ ਗੇਮ ਬਾਲਾਂ ਮਾਰੀਆਂ, ਫਿਰ ਆਪ ਮੁਹਾਰੇ ਹੀ ਵੱਜਣ ਤਾਰੀਆਂ, ਕੱਟ ਕੱਟ ਬਾਲਾਂ ਮਾਰੇ ਮੁੰਡਾ ਸਮਝ ਕਰੀਆ ਸ਼ੇਅਰ ਕਰੀਆ ਵੀਰੇ, 1000 ਬੰਦਾ ਤਾਂ ਹੋਣਾ ਚਾਹੀਦਾ, ਇੰਨਾ ਤਗੜਾ ਮੈਚ ਆ ਬਈ, ਥੋੜਾ ਟਾਈਮ ਜ਼ਰੂਰ ਓਵਰ ਹੋਇਆ ਵੈ, ਪਰ 1000 ਬੰਦਾ ਕੋਈ ਵਾਲਾ ਨਹੀਂ, ਤਕਰੀਬਨ 900 ਦੇ ਲਗਭਗ ਆਪਾਂ ਖੇਡ ਪ੍ਰੇਮੀ ਜੁੜ ਚੁੱਕਿਆ ਸਾਰੇ ਭਰਾਵਾਂ ਦਾ ਧੰਨਵਾਦ। ਜੇ ਇੱਕ ਸ਼ੇਅਰ ਕਰੋਗੇ 900 ਸ਼ੇਅਰ ਹੋ ਜਾਣਾ ਵੀਰੇ, ਸੈਮੀ ਫਾਈਨਲ ਮੈਚ ਆ ਜੀ ਦੂਜਾ ਸੈਮੀ, ਸ਼ੇਅਰ ਵਾਲੇ ਬਟਨ ਸਾਰੇ ਭਰਾ ਇੱਕ ਵਾਰ ਜ਼ਰੂਰ ਦੱਪੋ, 1000 ਬੰਦਾ ਤਾਂ ਕੋਈ ਵਾਲਾ ਨਹੀਂ ਵੀਰੇ ਇੱਡੇ ਤਕੜੇ ਮੈਚ ਨੂੰ। ਓਏ ਬਾਲ, ਓਏ ਜੌਂਟੀ ਯਾਰ ਤਗੜੀ ਬਾਲ, ਨੰਬਰ 18 ਜੁੜ ਗਿਆ ਵੀਰੇ, ਨੰਬਰ ਕਹਿੰਦੇ 18 ਜਿਹੜਾ ਜੋੜ ਦਿੱਤਾ ਹੈ ਕਿ ਬਈ ਉਹ ਦੇਖ, ਉਹ ਜਿਹੜਾ ਬੈਠਾ ਦੇਖ ਵੀਲ ਚੇਅਰ ਤੇ ਆ, ਕਦੇ ਹੁੰਦਾ ਬਾਬਾ ਠੋਡੀ ਬਾਡੀ ਖੇਡਦਾ ਬਈ, ਅੱਖਾਂ ਵਿੱਚ ਜਿਹਦੇ ਅੱਜ ਹੈੜੀ ਜੋਤ ਬਈ ਆ, ਉਹ ਮਿਲਦਾ ਸੀ ਮੇਲਿਆਂ 'ਚ ਕਦੇ ਮਿਲਦਾ ਬਈ, ਹੋਣਾ ਨੀ ਜਵਾਨੀ ਵਿੱਚ ਹਤਾਪ ਚੜਿਆ, ਤੇ ਅੱਜ ਜਿਹਦੇ ਬੋਝੇ 'ਚ ਦਵਾਈਆਂ ਰਹਿੰਦੀਆਂ ਬਈ, ਸਦਾ ਦੀ ਹਾਲਾਤ ਰਹਿੰਦੇ ਹਾਂ ਮਾੜੇ ਬੰਦੇ ਦੇ, ਤੇ ਸਦਾ ਦੀਆਂ ਬੰਦਿਆਂ ਹਰ ਚੜਾਈਆਂ ਰਹਿੰਦੀਆਂ, ਗੱਲ ਤੇ ਸਮੇਂ ਸਮੇਂ ਦੀ ਹੈ। ਫਾਈਨਲ ਚਨੇਟੀ ਟੀਮ ਆ ਵੀਰੇ, ਚਨੇਟੀ ਟੀਮ ਰਦਰੋ ਆਕਾਸ਼ ਰਾਣਾ ਕਹਿੰਦੇ ਜੇ ਦੇਵਾ ਸ਼ਾਸਤਰੀ ਤੋਂ ਨੰਬਰ ਲੈ ਜਾਵੇ ਫਿਰ ਵੀ 2100 ਦੇ ਨਾਲ ਮਾਲ ਹੋਣਗੇ, ਔਰ ਜੇ ਸ਼ਾਸਤਰੀ ਜੱਸੇ ਦੇ ਡਰੋਪ ਲਾ ਜਾਵੇ ਫਿਰ ਵੀ ਰੁਪਈਆ 2100 ਹੋਵੇਗਾ। ਲਵੀ ਬਾਲ ਆਊਟ ਆ ਜੀ, ਕਿੰਨੇ ਹੋ ਗਏ ਬਈ, 19 ਹੋ ਗਏ ਨਾ, 19-13 19-13 ਪੁਆਇੰਟ ਹੋ ਗਏ ਜੀ, 19 ਯੂਪੀ ਸੋਟੂ ਮਾਜਰੇ ਬਈ ਵਾਲੇ ਜੌਂਟੀ ਦੇ 19 ਸਕੋਰ ਆ ਜੀ, 13 ਸਕੋਰ ਇੰਦਰੀ ਟੀਮ ਦੇ ਜੱਸੇ ਵਰਗੇ ਦੇ, ਅੱਕੇ ਤਰਕਿਆਂ ਦੇ 13 ਨੇ ਜੀ, 19-13 ਓਕੇ ਓਕੇ ਜੀ। ਵਿਜੇ ਮਲਿਕ ਜੀ ਤਾਂ ਵੀ ਦੱਸਾਂ ਜੋ ਫਾਈਨਲ ਖੇਡਦੇ ਤੇ 5100 ਰੁਪਈਆ ਵਿਜੇ ਮਲਿਕ ਜੀ ਓਕੇ ਤਾਂ ਉੱਧਰ ਸਭ ਨੂੰ ਫਤਿਹਗੜ੍ਹ ਪੰਚਕੋਟ ਵਾਲਾ ਖੇਡ ਵੱਲ ਨਹੀਂ ਹੁੰਦਾ ਵੱਡਾ ਮਲ, ਉਹ ਵੀ ਆ ਗਿਆ ਲਾਈਵ ਤੇ, ਬਖਸ਼ੀ ਵਾਲਾ ਕੰਮ ਉਸਤਾਦਾਂ ਵਰਗੇ ਖਿਡਾਰੀ ਅੱਜ ਲਾਈਵ ਹੋ ਕੇ ਬੈਠੇ ਆ ਵਿਸ਼ੇ ਕਰਦੇ। ਰਾਮ ਰਾਮ ਬਾਈ ਜੀ, ਸੰਜੇ ਕੈਥਲ ਜੀ, ਰਾਮ ਰਾਮ। 1100 ਦੇ ਨਾਲ ਮਾਨ ਸਨਮਾਨ ਹੋਣਗੇ, ਪਰ ਦੇਖਿਓ ਇੱਧਰ ਮਾੜਾ ਜਿਹਾ ਗਰਾਊਂਡ ਦੇ ਵਿੱਚ ਠੀਕ ਆ ਠੀਕ ਆ ਵਿਜੇ ਮਲਿਕ ਜੀ, ਰਾਮ ਰਾਮ ਜੀ, ਭਾਰਤ ਭੂਸ਼ਣ ਜੀ। ਪੁਆਇੰਟ ਬਾਈ 19 ਹੋ ਗਏ ਯੂਪੀ ਕੇ ਜੀ, ਇੰਦਰੀ 13, ਨਿਸ਼ਾਂਤ ਜੋਗੀ ਵਾਲਾ ਵੈਲਕਮ ਵੈਲਕਮ ਜੀ, 19-13 ਤੋਂ ਫੇਰ ਚੱਲ ਪਿਆ ਕਮਰੇ। ਪੀਯੂਸ਼ ਗੁੱਜਰ ਬਰਸੀ ਵਾਲਾ ਕਹਿੰਦਾ ਹੈ ਅਮਨ ਬਹੁਤ ਤਗੜੀ ਮੇਲਾ, ਵੈਲਕਮ ਵੈਲਕਮ ਜੀ ਅਮਨ ਜੀ, ਦੇ ਭਰਾਵਾਂ ਨੂੰ ਪਿਆਰ ਵੀ ਬਹੁਤ ਤਗੜਾ ਕਰਦਾ ਹੈ। ਲਵੀ ਉਹ ਕਹਿੰਦਾ ਜੇ ਸ਼ੀਨੂ ਗੁੱਜਰ ਸਿੰਗਲ ਸਮੈਸ਼ ਲਾ ਦੇ
ਫਿਰ ਰੁਪਈਆ 1100 ਦੇ ਨਾਲ ਬਾਹਰ ਹੋਣਗੇ। ਰਵੀ ਕਹਿੰਦੇ ਗਲਤੀ ਵੱਡੀ ਹੈ, ਪਰ ਇਧਰਲੇ ਪਾਸੇ ਕਹਿੰਦੇ ਗਲਤੀ ਵੀ ਜਿਹੜੀ ਵੱਡੀ ਹੋ ਗਈ ਹੈ। 13 ਦੇ 19 ਪੁਆਇੰਟ ਨੇ ਨਾ ਜੀ, ਠੀਕ ਹੈ ਜੀ। 13-19 ਪਰਮੇ ਉੱਨੀ 13 ਫੇਰ ਚੇਂਜ ਆ ਜੀ। ਗੁਰਚਰਨ ਵਧੀਆ ਵਧੀਆ ਚਰਨੇ ਵੀਰੇ, ਹਾਂਜੀ ਹਾਂਜੀ। ਮੁਸਤਾ ਕਿਮ ਗੁੱਜਰ ਜੀ, ਕਿਆ ਹਾਲ ਹੈ ਜੀ? ਮੁਸਤਾ ਕਿਮ ਗੁੱਜਰ ਜੀ, ਬਹੁਤ ਬਹੁਤ ਸਵਾਗਤ ਹੈ ਬਾਈ ਜੀ। ਓਕੇ ਓਕੇ ਜੀ। ਗੌਰਵ ਵੜੂੰਦੀ ਯੂ ਐਸ ਏ ਬਾਈ ਜੀ, ਦਿਲਸਾਹ ਦੇਖੇਗਾ ਕਮੈਂਟ ਬਾਈ, ਫਿਰ ਅਨਾਊਂਸ ਕਰ ਦੇਗਾ ਉਹ। ਯਹਾਂ ਪੇ ਰੇਂਜ ਨਹੀਂ ਥੀ ਬਾਈ। ਹਰ ਬੰਦੇ ਖੇਤ ਤੋਂ ਸਰਵਿਸ ਜਿਹੜੀ ਕਰ ਦਿੱਤੀ ਆ ਮੁੰਡਿਆਂ ਨੇ, ਯੂਪੀ ਵਾਲਿਆਂ ਨੇ। ਹਰ ਲਵੀ ਆ ਗੋਗਾ ਆਸਟ੍ਰੇਲੀਆ, ਵੈਲਕਮ ਵੈਲਕਮ ਜੀ। ਜੱਸੇ ਦੇ ਬਾਲ ਲਾ ਦੇਣ, ਗੱਲ ਫੇਰ ਹਾਂ ਗੱਲ ਫੇਰ ਬਣਦੀ ਆ ਲਵੀ ਜੱਸਿਆ। ਜੇ ਛੋਟੂ ਤੇ ਤੂੰ ਨਾ ਰਹੇ ਜਾਂ ਛੋਟੂ ਤੇਰੇ ਤੇ ਨਾ ਰਹੇ ਆ, ਫੇਰ ਗੱਲ ਹੋਰ ਕਿਸੇ ਪਾਸੇ ਹੋਵੇਗੀ ਆ। ਲਵੀ ਨਾਲ ਇਸ ਮੈਚ ਕੇ ਬਾਅਦ ਫਾਈਨਲ ਬਾਕੀ ਆ ਬਈ, ਲਾਸਟ ਆ ਗਿਆ, ਲਾਸਟ ਪੁਆਇੰਟ ਆ ਗਿਆ। ਯੂਪੀ ਸ਼ਾਸਤਰੀ ਟੀਮ ਦਾ ਜੌਂਟੀਅਰ ਕਹਿੰਦਾ, ਛੋਟੂਅਰ ਕਹਿੰਦਾ, ਲਾਸਟ ਪੁਆਇੰਟ ਜੀ, ਲਾਸਟ ਪੁਆਇੰਟ ਆ ਜੀ। ਐਮਬੀ ਸਾਡਾ ਭਰਾ ਟੀਟੀ ਯਾਰ, ਉਹ ਵੀ ਆ ਗਿਆ ਲਾਈਵ ਤੇ, ਪਰ ਨੰਬਰ ਮੈਨੂੰ ਲੱਗਦਾ ਵੀ ਇਧਰ ਲਾਸਟ ਆ ਗਿਆ। ਗੌਰਵ ਬੜੂੰਦੀ ਦਾ ਕਮੈਂਟ ਦੇਖੀ ਦਿਲ ਸਾਹਿਬ ਜੀ, ਲਾਸਟ ਨੰਬਰ ਦੱਸਾਂ ਫਾਈਨਲ ਬਸਾ ਵੀ ਨਹੀਂ ਕਰੋ ਤੇ ਰੁਪਈਆ 50 ਦਿੱਤਾ ਹੋਏ ਬਾਲ ਹੋਏ ਜੌਂਟੀ ਜਿੱਤ ਗਈ ਵੀਰੇ ਯੂਪੀ ਸ਼ਾਸਤਰੀ ਟੀਮ ਜੇਤੂ ਆ ਚੱਲਦੇ ਮੈਚ ਚੋਂ ਜੀ ਬਹੁਤ ਤਕੜਾ ਮੈਚ ਲੱਗਿਆ ਵੀਰੇ ਯੂਪੀ ਸ਼ਾਸਤਰੀ ਟੀਮ ਦੇ ਮੇਰੇ ਹਿਸਾਬ ਨਾਲ 15-20 ਮਿੰਟ ਜਿਹੜਾ ਮੈਚ ਨਹੀਂ ਚੱਲਣਾ ਇਹ ਰੈਸਟ ਕਰਨਗੇ ਟੀਮਾਂ
ਕੀਤਾ ਜੀ। ਚਨੇਟੀ ਨਾਲ ਫਾਈਨਲ ਹੋਣਾ ਜਿਹੜਾ ਬੜਾ ਤਕੜਾ ਮੈਚ ਲੱਗਿਆ ਵੀਰੇ।